ਪੰਜਾਬ ਦੇ ਸਿੱਖਾਂ ਦਾ ਅਤੇ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ ਸਾਡੇ ਬੱਚਿਆਂ ਦਾ ਹਾਲਾਤ ਇਹ ਬਣ ਗਿਆ ਹੈ ਕਿ ਹੱਥ ਦੇ ਉੱਪਰ ਗੁੱਟ ਦੇ ਉੱਪਰ ਐਪਲ ਦੀ ਘੜੀ ਤੇ ਮਹਿੰਗੀ ਲੱਗੀ ਹੈ। ਦੋ ਦੋ ਸੌ ਤਿੰਨ ਤਿੰਨ ਸੌ ਪਾਉਂਡ ਦੇ ਸ਼ੂ ਵੀ ਪਾਏ ਆ, ਚਾਰ ਚਾਰ ਸੌ ਡਾਲਰ ਦੇ ਬੂਟ ਵੀ ਪਾਏ ਆ, ਥ੍ਰੀ ਪੀਸ ਸੂਟ ਵੀ ਖਰੀਦਿਆ ਹੋਇਆ ਜਿਹੜਾ ਟੌਪ ਬ੍ਰੈਂਡ ਦਾ, ਗਲ ਦੇ ਵਿੱਚ ਸੋਨੇ ਦੀ ਮੋਟੀ ਸੰਗਲੀ ਵੀ ਪਾਈ ਹੋਈ ਹੈ। ਪਰ ਜਦੋਂ ਗੁਰਦੁਆਰਾ ਸਾਹਿਬ ਅੰਦਰ ਵੜਦਾ ਹੈ ਤੇ ਜਾ ਕੇ ਰੁਮਾਲ ਗੁਰਦੁਆਰਾ ਸਾਹਿਬ ਦੇ ਛਾਬੇ ਚੋਂ ਲੱਭਦਾ ਹੈ ਵੀ ਮੇਰਾ ਸਿਰ ਵੀ ਨੰਗਾ ਤੇ ਮੇਰੇ ਸਿਰ ਤੇ ਕੇਸ ਨਹੀਂ, ਮੇਰੇ ਚਿਹਰੇ ਤੇ ਦਾੜਾ ਨਹੀਂ, ਤੇ ਇਹੀ ਹਾਲਾਤ ਸਾਡੀਆਂ ਭੈਣਾਂ ਦੇ ਨੇ ਕਿ ਜੀਨਸ ਤੇ ਟੌਪ ਤੇ ਬਹੁਤ ਟੌਪ ਦੇ ਬ੍ਰੈਂਡ ਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡਾ ਅੱਧਾ ਪਿੱਛੋਂ ਵੀ ਢੋਈ ਨਜ਼ਰ ਆਉਂਦੀ ਹੈ ਤੇ ਮੂਹਰਲੇ ਪਾਸਿਓਂ ਵੀ ਅੱਧਾ ਸਰੀਰ ਨਜ਼ਰ ਆਉਂਦਾ ਤੇ ਉਹਦੇ ਉੱਤੇ ਵੱਡਾ ਸਟਿੱਕਰ ਲੱਗਾ ਹੋਇਆ ਵੀ ਮੇਰੇ ਕੋਲ ਪੈਸੇ ਨੇ ਤੇ ਮੈਂ ਟੌਪ ਬ੍ਰੈਂਡ ਦੇ ਕੱਪੜੇ ਪਾ ਕੇ ਆਇਆ, ਪਰ ਚੁੰਨੀ ਸਿਰ ਤੇ ਨਹੀਂ, ਚੁੰਨੀ ਗੁਰਦੁਆਰੇ ਦੇ ਛਾਬੇ ਚੋਂ ਲੱਭਣੀ ਪੈਂਦੀ ਹੈ ਤੇ ਜੇਕਰ ਭਾਈ ਉੱਥੇ ਸਾਨੂੰ ਸਿਰ ਢੱਕਣ ਵਾਸਤੇ ਰੁਮਾਲ ਜਾਂ ਛਾਬੇ ਦੇ ਵਿੱਚੋਂ ਚੁੰਨੀ ਨਹੀਂ ਮਿਲਦੀ ਤੇ ਅਸੀਂ ਪ੍ਰਬੰਧਕਾਂ ਤੇ ਰੋਸ ਕਰਦੇ ਹਾਂ ਵੀ ਤੁਹਾਡਾ ਇਹ ਫਰਜ਼ ਬਣਦਾ ਸਾਡੇ ਵਾਸਤੇ, ਤੁਸੀਂ ਇੱਥੇ ਰੁਮਾਲਾਂ ਤੇ ਚੁੰਨੀਆਂ ਦਾ ਪ੍ਰਬੰਧ ਕਰਕੇ ਰੱਖੋ ਤੇ ਜਿਹੜੀਆਂ ਇੱਥੇ ਪਈਆਂ ਹੋਈਆਂ ਉਹ ਸਾਨੂੰ ਗੰਦੀਆਂ ਲੱਗਦੀਆਂ, ਕਿਸੇ ਨੇ ਵਰਤੀਆਂ ਹੋਈਆਂ ਨੇ, ਇਹਨਾਂ ਨੂੰ ਧੋਣ ਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਤੇ ਕਮੇਟੀ ਦੀ ਹੈ। ਗੁਰੂ ਪਿਆਰੇ ਖਾਲਸਾ ਸਤਿਸੰਗ ਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਸੰਗਤਾਂ ਦੇ ਨਾਲ ਆਪਾਂ ਥੋੜ੍ਹੇ ਜਿਹੇ ਵਿਚਾਰ ਜਿਹੜੇ ਹੈ ਉਹ ਸਾਂਝੇ ਕਰਨੇ ਚਾਹੁੰਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਅਤੇ ਮੌਜੂਦਾ ਸਮੇਂ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਹੀ ਦੇ ਵਿੱਚ ਸਾਰਾ ਖਾਲਸਾ ਪੰਥ ਜਿਹੜਾ ਉਹ ਸਤਿਗੁਰੂ ਦਾ ਓਟ ਆਸਰਾ ਲੈ ਕੇ ਇਸ ਸੰਸਾਰ 'ਤੇ ਆਪਣੇ ਜੀਵਨ ਦੇ ਕਾਰਜ ਕਰਦਾ ਹੋਇਆ ਗੁਰੂ ਦੀ ਓਟ ਲੈ ਕੇ ਜਿਹੜਾ ਉਹ ਚੱਲ ਰਿਹਾ ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਧਰਮਸ਼ਾਲਾ ਦੇ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਸਥਾਪਿਤ ਕੀਤੇ। ਸਮਾਂ ਆਇਆ, ਮੰਜੀਆਂ ਥਾਪ ਕੇ ਪ੍ਰਚਾਰਕ ਥਾਪੇ ਗਏ ਅਤੇ ਧਰਮਸ਼ਾਲਾ ਦੇ ਰੂਪ ਦੇ ਵਿੱਚ ਸਥਾਨ ਬਣਾਏ ਗਏ ਜਿੱਥੇ ਲੋਕਾਂ ਨੂੰ ਧਰਮ ਨੂੰ ਸਮਝਣ ਵਾਸਤੇ ਅਤੇ ਧਰਮ ਦੇ ਕਾਰਜਾਂ ਦੀ ਜਾਣਕਾਰੀ ਲੈ ਕੇ ਧਰਮ ਦੇ ਰਸਤੇ 'ਤੇ ਚੱਲਣ ਵਾਸਤੇ ਜਿਹੜਾ ਉਹ ਸਿੱਖਿਆ ਦਿੱਤੀ ਜਾਂਦੀ ਸੀ। ਅਤੇ ਸਮਾਂ ਸੰਗਤ ਜੀ ਉਸ ਵਕਤ ਕੋਈ ਬਹੁਤਾ ਮਾਇਆਧਾਰੀ ਲੋਕਾਂ ਦਾ ਨਹੀਂ ਸੀ, ਆਪਣੇ ਜੀਵਨ ਨਿਰਵਾਹ ਕਰਨ ਵਾਲੇ ਸਾਦੇ ਅਤੇ ਸਿੱਧੇ ਲੋਕ ਜਿਹੜੇ ਬਲਦਾਂ ਦੇ ਨਾਲ ਥੋੜ੍ਹੀ ਥੋੜ੍ਹੀ ਖੇਤੀ ਕਰਦੇ ਆ ਅਤੇ ਜਿਹਦੇ ਨਾਲ ਘਰ ਦੀਆਂ ਦੋ ਮਿੱਟੀਆਂ ਦਾਣਿਆਂ ਦੀਆਂ ਭਰ ਜਾਂਦੀਆਂ ਅਤੇ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦੇ ਆ ਵੀ ਸਾਰੇ ਪਰਿਵਾਰ ਦੇ ਖਾਣ ਜੋਗੇ ਸਾਲ ਦੇ ਦਾਣੇ ਬਹੁਤੇ ਹੋ ਗਏ। ਕੋਈ ਮਾਇਆ ਦਾ ਐਡਾ ਪਹਿਰਾ ਨਹੀਂ, ਕੋਈ ਐਸਾ ਲਾਲਚ ਨਹੀਂ ਜ਼ਿੰਦਗੀ ਦੇ ਅੰਦਰ, ਅਤੇ ਇੱਕੋ ਹੀ ਕੱਪੜਾ ਜੇ ਕਿਤੇ ਬਣਾ ਲਿਆ ਉਹ ਵੀ ਸੂਤ ਦਾ ਖੱਦਰ ਦਾ, ਅਤੇ ਜਿੰਨੀ ਦੇਰ ਤੱਕ ਉਹ ਪਾਟ ਨਹੀਂ ਜਾਂਦਾ ਉਨੀ ਦੇਰ ਤੱਕ ਕਿਸੇ ਦੂਸਰੇ ਕੱਪੜੇ ਦੀ ਲੋੜ ਨਹੀਂ ਮਹਿਸੂਸ ਹੁੰਦੀ ਸੀ। ਜੀਵਨ ਦੀਆਂ ਲੋੜਾਂ ਬਹੁਤ ਛੋਟੀਆਂ ਅਤੇ ਬਹੁਤ ਸੀਮਿਤ ਸੀਗੀਆਂ, ਭਾਵ ਲਾਲਚ ਅਤੇ ਦਿਖਾਵਾ ਨਹੀਂ ਸੀ। ਕੱਪੜਾ ਕੇਵਲ ਤਨ ਢੱਕਣ ਵਾਸਤੇ ਅਤੇ ਭੋਜਨ ਕੇਵਲ ਸਰੀਰ ਨੂੰ ਚੱਲਦਾ ਰੱਖਣ ਵਾਸਤੇ, ਇਹ ਜ਼ਰੂਰਤ ਸੀ ਅਤੇ ਜ਼ਰੂਰਤ ਨੂੰ ਪੂਰਿਆਂ ਕੀਤਾ ਜਾਂਦਾ ਸੀ। ਸਮਾਂ ਬਦਲੀ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹੈ, ਮਨੁੱਖ ਨੇ ਤਰੱਕੀ ਕੀਤੀ ਹੈ ਅਤੇ ਤਰੱਕੀ ਦੇ ਯੁੱਗ ਦੇ ਵਿੱਚ ਆਪਣੇ ਸੁੱਖ ਦੇ ਸਾਧਨ ਆਪਣੀ ਲੋੜ ਤੋਂ ਕਈ ਗੁਣਾ ਵਧਾ ਲਏ।
ਭਾਵ ਹੁਣ ਜਿਹੜੇ ਸਾਧਨ ਸਾਡੇ ਕੋਲ ਮੌਜੂਦ ਹੈ, ਭਾਵੇਂ ਉਹ ਭੋਜਨ ਪਦਾਰਥ ਦੇ ਰੂਪ ਦੇ ਵਿੱਚ ਹੈ, ਕੱਪੜੇ ਲੱਤੇ ਦੇ ਰੂਪ ਦੇ ਵਿੱਚ ਹੈ, ਸਾਜੋ ਸਮਾਨ ਦੇ ਰੂਪ ਦੇ ਵਿੱਚ ਹੈ, ਆਉਣ ਜਾਣ ਵਾਲੇ ਜਿਹੜੇ ਸਾਡੇ ਵਾਹਨ ਨੇ ਉਹਨਾਂ ਦੇ ਰੂਪ ਦੇ ਵਿੱਚ ਹੈ, ਤੇ ਅੱਜ ਜੇ ਆਪਾਂ ਗੱਲ ਕਰੀਏ ਵੀ ਟੈਕਨੋਲੋਜੀ ਦੇ ਮਾਧਿਅਮ ਦੇ ਦੁਆਰਾ ਮੈਂ ਤੇ ਤੁਹਾਡੇ ਨਾਲ ਸਾਂਝ ਕਰ ਰਿਹਾ ਵੀ ਸੋਸ਼ਲ ਨੈਟਵਰਕ ਤੇ ਸੋਸ਼ਲ ਨੈਟਵਰਕ ਤੇ ਜਾਣ ਵਾਸਤੇ ਜਿਹੜੇ ਸਾਡੇ ਕੋਲ ਟੈਕਨੀਕਲ ਗੈਜਟਸ ਹਨ ਉਹਨਾਂ ਦੀ ਭਰਮਾਰ ਸਾਡੇ ਕੋਲ ਬਹੁਤੀ ਹੋ ਚੁੱਕੀ ਹੈ। ਤੇ ਜਦੋਂ ਇਸ ਸਾਰੇ ਲੇਖੇ ਜੋਖੇ ਨੂੰ ਆਪਾਂ ਪੜਤਾਲਦੇ ਹਾਂ ਤੇ ਦੇਖਦੇ ਹਾਂ ਤੇ ਪਤਾ ਲੱਗਦਾ ਵੀ ਬਹੁਤੀਆਂ ਵਸਤਾਂ ਸਾਡੇ ਕੋਲ ਉਹ ਨੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ, ਪਰ ਸਾਡੇ ਕੋਲ ਮਾਇਆ ਹੋਣ ਦੇ ਕਾਰਨ ਜਾਂ ਸੰਸਾਰ ਦੇ ਵਿੱਚ ਅਸੀਂ ਆਪਣਾ ਨਾਂ ਉੱਚਾ ਕਰਨ ਦੇ ਕਾਰਨ ਵਾਸਤੇ ਉਹ ਵਸਤਾਂ ਇਕੱਠੀਆਂ ਕੀਤੀਆਂ ਹੋਈਆਂ ਨੇ, ਭਾਵੇਂ ਉਹਨਾਂ ਦੀ ਵਰਤੋਂ ਅਸੀਂ ਕਰਦੇ ਹਾਂ ਜਾਂ ਨਹੀਂ ਕਰਦੇ। ਸੋ ਸਮੇਂ ਦੇ ਨਾਲ ਨਾਲ ਜਿਹੜੇ ਧਰਮਸ਼ਾਲਾਵਾਂ ਸਨ ਭਾਈ ਉਹਨਾਂ ਦਾ ਵੀ ਰੂਪ ਬਦਲਿਆ, ਕੱਚੀਆਂ ਤੋਂ ਪੱਕੀਆਂ ਹੋਈਆਂ, ਤੇ ਜਿਨ੍ਹਾਂ ਨੂੰ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਆਪਾਂ ਗੁਰੂਦੁਆਰਾ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼, ਰੂਹਾਨੀਅਤ ਦਾ ਕੇਂਦਰ, ਤੇ ਸਭ ਤੋਂ ਵੱਡੀ ਗੱਲ ਗੁਰੂਦੁਆਰਾ ਉਹ ਐਸਾ ਰਾਹ, ਐਸਾ ਦਰਵਾਜ਼ਾ ਜਿੱਥੋਂ ਗੁਰੂ ਦੇ ਤੱਕ ਜਾਣ ਵਾਸਤੇ ਤੁਹਾਨੂੰ ਸੇਧ ਮਿਲਦੀ ਹੈ, ਜਿੱਥੋਂ ਤੁਹਾਨੂੰ ਇਹ ਗਿਆਨ ਮਿਲਦਾ ਹੈ ਕਿ ਭਾਈ ਮੇਰੇ ਗੁਰੂ ਦੀ ਸਿੱਖਿਆ ਮੇਰੇ ਵਾਸਤੇ ਕੀ ਹੈ, ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਕੀ ਕੀਤਾ, ਜਾਂ ਜਿਹੜੇ ਵੀ ਧਰਮ ਨੂੰ ਮੈਂ ਮੰਨਦਾ ਭਾਵੇਂ ਉਹ ਕੋਈ ਮੰਦਰ ਹੈ, ਚਾਹੇ ਕੋਈ ਮਸਜਿਦ ਹੈ, ਚਾਹੇ ਕੋਈ ਗਿਰਜਾਘਰ ਹੈ, ਸਭ ਦਾ ਮਕਸਦ ਇੱਕੋ ਹੀ ਹੈ ਵੀ ਜਿਹੜੇ ਵੀ ਗੁਰੂ ਤੇ ਤੂੰ ਭਰੋਸਾ ਕਰਦਾ, ਜਿਹੜੇ ਵੀ ਧਰਮ ਦੀ ਤੂੰ ਮਾਨਤਾ ਕਰਦਾ, ਉਹ ਅਸਥਾਨ ਤੇਰੇ ਵਾਸਤੇ ਤੈਨੂੰ ਤੇਰੇ ਗੁਰੂ ਦੀਆਂ ਸਿੱਖਿਆਵਾਂ ਨੂੰ ਦੱਸਣ ਵਾਸਤੇ ਬਣਿਆ ਹੋਇਆ, ਤੇ ਜੇਕਰ ਤੂੰ ਰੂਹਾਨੀਅਤ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦਾ ਜਾਂ ਧਰਮ ਦੇ ਅਦਾਰੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸ ਖੁਸ਼ੀ ਨੂੰ ਲੈਣਾ ਚਾਹੁੰਦਾ, ਤੇ ਗੁਰੂਦੁਆਰਾ ਤੇਰੇ ਵਾਸਤੇ ਇੱਕ ਐਸਾ ਸਥਾਨ ਹੈ ਜਿੱਥੋਂ ਜਾ ਕੇ ਤੈਨੂੰ ਤੇਰੇ ਗੁਰੂ ਦੀ ਗੱਲ ਮਿਲਣੀ ਹੈ, ਤੈਨੂੰ ਤੇਰੇ ਗੁਰੂ ਦਾ ਬਚਨ ਮਿਲਣਾ। ਐਜ਼ ਏ ਸਿੱਖ ਹੋਣ ਦੇ ਨਾਤੇ ਜੇਕਰ ਆਪਾਂ ਆਪਣੇ ਧਰਮ ਦੀ ਗੱਲ ਕਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਾਸਤੇ ਜਾਗਦੇ ਆਏ ਜੋਤ ਹਾਜ਼ਰ ਹਜ਼ੂਰ ਸਤਿਗੁਰੂ ਹਨ, ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਬਚਨ ਕਰਕੇ ਗਏ ਨੇ ਕਿ ਭਾਈ ਸੰਸਾਰ ਦੇ ਉੱਪਰ ਹੁਣ ਸਾਡੇ ਤੋਂ ਬਾਅਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਹੋਣਗੇ। ਤੇ ਇਸੇ ਕਰਕੇ ਸਿੱਖ ਦੇ ਜੀਵਨ ਦੇ ਵਿੱਚ ਹਰ ਇੱਕ ਕਾਰਜ ਗੁਰੂ ਨੂੰ ਮੁੱਖ ਰੱਖ ਕੇ ਕਰਿਆ ਜਾਂਦਾ, ਤੇ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਹਰ ਇੱਕ ਕੰਮ ਕਾਰਜ ਕਰਦਾ ਉਸੇ ਨੂੰ ਹੀ ਗੁਰਮੁੱਖ ਕਿਹਾ ਜਾਂਦਾ, ਗੁਰੂ ਨੂੰ ਮੁੱਖ ਰੱਖਣਾ। ਪਰ ਬਹੁਤ ਹੈਰਾਨੀ ਗੁਰੂ ਕੇ ਪਿਆਰਿਓ ਹੋ ਰਹੀ ਹੈ, ਅੱਜ 21ਵੀਂ ਸਦੀ ਦੇ ਵਿੱਚ ਕੁੱਲ ਸੰਸਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੜ੍ਹਨਾ ਚਾਹੁੰਦਾ, ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਜਿਹੜਾ ਸਮਝਣਾ ਚਾਹੁੰਦਾ, ਨਾਸਾ ਵਰਗੇ ਵੱਡੇ ਵੱਡੇ ਜਿਹੜੇ ਵਿਗਿਆਨਕ ਅਦਾਰੇ ਹੈ ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਚੋਂ ਸੇਧ ਲੈ ਕੇ ਆਕਾਸ਼ ਪਾਤਾਲ ਦੀ ਖੋਜ ਵਿੱਚ ਲੱਗੇ ਹੋਏ ਹੈ। ਤੇ ਜੇਕਰ ਤਨ ਦੀ ਮਨ ਦੀ ਰੂਹਾਨੀਅਤ ਦੀ ਗੱਲ ਕਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹਰ ਪੱਖ ਤੋਂ ਸਾਨੂੰ ਉਪਦੇਸ਼ ਕੀਤਾ ਕਿ ਤੇਰੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਵੀ, ਸਰੀਰ ਦੇ ਭੋਜਨ ਪ੍ਰਸ਼ਾਦੇ ਦੀ ਲੋੜ ਵੀ, ਤੇ ਸਭ ਤੋਂ ਵੱਡੀ ਗੱਲ ਇਸ ਸੰਸਾਰ ਤੇ ਜੋ ਤੂੰ ਇਹ ਜਾਮਾ ਧਾਰ ਕੇ ਆਇਆ ਉਹਦਾ ਪ੍ਰਯੋਜਨ ਕੀ ਹੈ, ਉਹਦੀ ਪਹਿਚਾਣ ਵਾਸਤੇ ਗੁਰੂ ਦੁਆਰਾ ਤੇਰੇ ਵਾਸਤੇ ਇੱਕ ਕੇਂਦਰ ਹੈ। ਤੇ ਉਹ ਗੁਰੂਦੁਆਰੇ ਜਿਵੇਂ ਸਤਿਗੁਰੂ ਨੇ ਕਿਰਪਾ ਕੀਤੀ, ਸਿੱਖਾਂ ਕੋਲ ਮਾਇਆ ਦਾ ਪਹਿਰਾ ਵਧਿਆ ਤੇ ਅਸੀਂ ਕੱਚਿਆਂ ਤੋਂ ਪੱਕੇ ਕਰ ਲਏ। ਪੰਜਾਬ ਦੀ ਧਰਤੀ ਤੋਂ, ਭਾਰਤ ਦੀ ਧਰਤੀ ਤੋਂ ਦੁਨੀਆਂ ਦੇ ਵਿਦੇਸ਼ਾਂ ਦੇ ਮੁਲਕਾਂ ਤੱਕ ਪਹੁੰਚੇ, ਤੇ ਇੱਥੋਂ ਦੇ ਮੌਸਮ ਦੇ ਅਨੁਸਾਰ ਇੱਥੋਂ ਦੀਆਂ ਇਮਾਰਤਾਂ ਜਿਨ੍ਹਾਂ ਦੇ ਵਿੱਚ ਸਰਦੀ ਗਰਮੀ ਦਾ ਪ੍ਰਬੰਧ ਹੈ,
ਬਹਿਣ ਵਾਸਤੇ ਸੁੰਦਰ ਕਾਰਪੇਟ ਵਿਛੇ ਹੋਏ ਹੈ, ਚਿੱਟੀਆਂ ਚਾਦਰਾਂ ਦੀ ਵਿਛਾਈ ਕੀਤੀ ਜਾਂਦੀ ਹੈ, ਬਜ਼ੁਰਗਾਂ ਵਾਸਤੇ ਜਿਹੜਾ ਉਹ ਬੈਂਚ ਆਦਿਕ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਤੇ ਖਾਸ ਤੌਰ ਦੇ ਉੱਪਰ ਹਾਈਜੀਨ ਨੂੰ ਮੁੱਖ ਰੱਖਦਿਆਂ ਹੋਇਆਂ ਭੋਜਨ ਪ੍ਰਸ਼ਾਦੇ ਦੀਆਂ ਲੋੜਾਂ ਵਾਸਤੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਨੀ ਅਤੇ ਕਿਚਨ ਤੇ ਰਸੋਈ ਜਿਹੜਾ ਗੁਰੂ ਕਾ ਲੰਗਰ ਹੈ ਜਿੱਥੇ ਪ੍ਰਸ਼ਾਦਾ ਤਿਆਰ ਹੋਣਾ ਉੱਥੇ ਸਾਫ਼ ਸਫਾਈ ਤੇ ਸੁੱਚਮ ਦਾ ਬਹੁਤਾ ਖਿਆਲ ਰੱਖਿਆ ਜਾਣਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਬੈਕਟੀਰੀਅਲ ਕੋਈ ਇਨਫੈਕਸ਼ਨ ਜਾਂ ਕਈ ਵੀ ਭੋਜਨ ਪ੍ਰਸ਼ਾਦੇ ਦੇ ਨਾਲ ਕੋਈ ਐਲਰਜੀ ਆਦਿਕ ਹੋ ਕੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਹ ਮਨੁੱਖ ਨੇ ਆਪਣੀ ਸਮਝ ਦੇ ਅਨੁਸਾਰ ਇਹਨਾਂ ਚੀਜ਼ਾਂ ਨੂੰ ਇਸ ਗੁਰਮਤ ਦੀ ਗਾਡੀ ਰਾਹ ਦੇ ਵਿੱਚ ਸ਼ਾਮਲ ਕਰ ਲਿਆ। ਪਰ ਹੋਇਆ ਕੀ ਹੈ ਕਿ ਜਿਵੇਂ ਜਿਵੇਂ ਦੁਨੀਆਂ ਦੀ ਵਿਦਿਆ ਦਾ ਪਸਾਰਾ ਵਧਿਆ, ਧਰਮ ਦੀ ਵਿਦਿਆ ਤੋਂ ਲੋਕ ਕੋਰੇ ਹੁੰਦੇ ਗਏ ਹੈ ਤੇ ਦੁਨੀਆਂ ਦੀ ਵਿਦਿਆ ਨੂੰ ਪੜ੍ਹ ਕੇ ਆਪਣੇ ਆਪ ਨੂੰ ਸਿਆਣੇ ਤੇ ਸਮਝਦਾਰ ਮੰਨਣ ਲੱਗ ਪਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੀ ਵਿਦਿਆ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਵੱਖੋ ਵੱਖਰੇ ਦੇਸ਼ਾਂ 'ਚ ਵੱਖੋ ਵੱਖਰੀਆਂ ਬੋਲੀਆਂ ਪੜ੍ਹੀਆਂ ਜਾਂਦੀਆਂ, ਬੋਲੀਆਂ ਜਾਂਦੀਆਂ, ਲਿਖੀਆਂ ਜਾਂਦੀਆਂ, ਉਹਨਾਂ ਨੂੰ ਜਾਣਨਾ, ਗਿਆਨ ਹਾਸਲ ਕਰਨਾ ਕੋਈ ਗੁਨਾਹ ਨਹੀਂ ਹੈ। ਪਰ ਨਾਲ ਦੀ ਨਾਲ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਆ, ਜਿਹੜੇ ਵੀ ਗੁਰੂ ਸੱਚੇ ਪਾਤਸ਼ਾਹ ਨੂੰ ਤੁਸੀਂ ਮੰਨਦੇ ਆ, ਉਸ ਧਰਮ ਦਾ ਗਿਆਨ ਵੀ ਤੁਹਾਨੂੰ ਹੋਣਾ ਬਹੁਤ ਜ਼ਰੂਰੀ ਹੈ। ਅੱਜ 21ਵੀਂ ਸਦੀ ਦੇ ਵਿੱਚ ਪੰਜਾਬ ਦੇ ਸਿੱਖਾਂ ਦਾ ਤੇ ਸਿੱਖਾਂ ਦੇ ਘਰਾਂ ਵਿੱਚ ਪੈਦਾ ਹੋਏ ਸਾਡੇ ਬੱਚਿਆਂ ਦਾ ਹਾਲਾਤ ਇਹ ਬਣ ਗਿਆ ਹੈ ਕਿ ਹੱਥ ਦੇ ਉੱਪਰ, ਗੁੱਟ ਦੇ ਉੱਪਰ ਐਪਲ ਦੀ ਘੜੀ ਤੇ ਮਹਿੰਗੀ ਲੱਗੀ ਹੈ। 200-200, 300-300 ਪਾਉਂਡ ਦੇ ਸ਼ੂ ਵੀ ਪਾਏ ਆ, $400-400 ਦੇ ਬੂਟ ਵੀ ਪਾਏ ਆ, 3-piece ਸੂਟ ਵੀ ਖਰੀਦਿਆ ਹੋਇਆ ਜਿਹੜਾ ਟੌਪ ਬ੍ਰਾਂਡ ਦਾ, ਗਲ ਦੇ ਵਿੱਚ ਸੋਨੇ ਦੀ ਮੋਟੀ ਸੰਗਲੀ ਵੀ ਪਾਈ ਹੋਈ ਹੈ। ਪਰ ਜਦੋਂ ਗੁਰਦੁਆਰਾ ਸਾਹਿਬ ਅੰਦਰ ਵੜਦਾ ਹੈ ਤੇ ਜਾ ਕੇ ਰੁਮਾਲ ਗੁਰਦੁਆਰਾ ਸਾਹਿਬ ਦੇ ਛਾਬੇ ਚੋਂ ਲੱਭਦਾ ਹੈ ਵੀ ਮੇਰਾ ਸਿਰ ਵੀ ਨੰਗਾ ਤੇ ਮੇਰੇ ਸਿਰ ਤੇ ਕੇਸ ਨਹੀਂ, ਮੇਰੇ ਚਿਹਰੇ ਤੇ ਦਾੜਾ ਨਹੀਂ, ਤੇ ਇਹੀ ਹਾਲਾਤ ਸਾਡੀਆਂ ਭੈਣਾਂ ਦੇ ਨੇ ਕਿ ਜੀਨਸ ਤੇ ਟੌਪ ਤੇ ਬਹੁਤ ਟੌਪ ਦੇ ਬ੍ਰਾਂਡ ਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਡਾ ਅੱਧਾ ਪਿੱਛੋਂ ਵੀ ਢੋਈ ਨਜ਼ਰ ਆਉਂਦੀ ਹੈ ਤੇ ਮੂਹਰਲੇ ਪਾਸਿਓਂ ਵੀ ਅੱਧਾ ਸਰੀਰ ਨਜ਼ਰ ਆਉਂਦਾ ਤੇ ਉਹਦੇ ਉੱਤੇ ਵੱਡਾ ਸਟਿੱਕਰ ਲੱਗਾ ਹੋਇਆ ਵੀ ਮੇਰੇ ਕੋਲ ਪੈਸੇ ਨੇ ਤੇ ਮੈਂ ਟੌਪ ਬ੍ਰਾਂਡ ਦੇ ਕੱਪੜੇ ਪਾ ਕੇ ਆਇਆ। ਪਰ ਚੁੰਨੀ ਸਿਰ ਤੇ ਨਹੀਂ, ਚੁੰਨੀ ਗੁਰਦੁਆਰੇ ਦੇ ਛਾਬੇ ਚੋਂ ਲੱਭਣੀ ਪੈਂਦੀ ਹੈ ਤੇ ਜੇਕਰ ਭਾਈ ਉੱਥੇ ਸਾਨੂੰ ਸਿਰ ਢੱਕਣ ਵਾਸਤੇ ਰੁਮਾਲ ਜਾਂ ਛਾਬੇ ਦੇ ਵਿੱਚੋਂ ਚੁੰਨੀ ਨਹੀਂ ਮਿਲਦੀ ਤੇ ਅਸੀਂ ਪ੍ਰਬੰਧਕਾਂ ਤੇ ਰੋਸ ਕਰਦੇ ਹਾਂ ਵੀ ਤੁਹਾਡਾ ਇਹ ਫਰਜ਼ ਬਣਦਾ ਸਾਡੇ ਵਾਸਤੇ, ਤੁਸੀਂ ਇੱਥੇ ਰੁਮਾਲਾਂ ਤੇ ਚੁੰਨੀਆਂ ਦਾ ਪ੍ਰਬੰਧ ਕਰਕੇ ਰੱਖੋ ਤੇ ਜਿਹੜੀਆਂ ਇੱਥੇ ਪਈਆਂ ਹੋਈਆਂ ਉਹ ਸਾਨੂੰ ਗੰਦੀਆਂ ਲੱਗਦੀਆਂ, ਕਿਸੇ ਨੇ ਵਰਤੀਆਂ ਹੋਈਆਂ ਨੇ, ਇਹਨਾਂ ਨੂੰ ਧੋਣ ਦੀ ਜ਼ਿੰਮੇਵਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਤੇ ਕਮੇਟੀ ਦੀ ਹੈ। ਤੇ ਬੜੀ ਹੈਰਾਨੀ ਹੁੰਦੀ ਹੈ ਕਿ ਗੁਰੂ ਕੇ ਸਿੱਖ ਨੇ ਗੁਰਦੁਆਰਾ ਸਾਹਿਬ ਜਾਣਾ ਸੀ ਗੁਰੂ ਦਾ ਗਿਆਨ ਲੈਣ ਵਾਸਤੇ, ਗੁਰੂ ਪਰਮਾਤਮਾ ਦੇ ਚਰਨਾਂ 'ਚ ਫਰਿਆਦ ਕਰਨ ਵਾਸਤੇ, ਆਪਣਾ ਦੁੱਖ ਸੁੱਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਾਂਝਾ ਕਰਨ ਜਾਣ ਵਾਸਤੇ ਤੇ ਆਪਣੇ ਜੀਵਨ ਦੇ ਅੰਦਰ ਗੁਰੂ ਤੋਂ ਸੇਧ ਲੈਣ ਵਾਸਤੇ ਕਿ ਸੱਚੇ ਪਾਤਸ਼ਾਹ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਪ੍ਰਸ਼ਾਦਾ ਛਕਣ ਤੇਰੇ ਦਰ ਤੇ ਆ ਗਿਆ, ਮੇਰੇ ਜੀਵਨ ਦੇ ਅੰਦਰ ਮੈਨੂੰ ਰਸਤਾ ਨਹੀਂ ਮਿਲ ਰਿਹਾ ਤੇ ਮੈਂ ਗੁਰਮਤਿ ਦਾ ਗਿਆਨ ਲੈਣ ਵਾਸਤੇ ਤੇਰੇ ਦਰ ਤੇ ਆ ਰਿਹਾ। ਪਰ ਇਹਦੇ ਉਲਟ ਗੁਰੂ ਕੇ ਪਿਆਰਿਓ ਇਹ ਹੋ ਰਿਹਾ ਵੀ ਅਸੀਂ ਗੁਰਦੁਆਰਾ ਸਾਹਿਬਾਨ ਜੀ ਨੂੰ ਇੱਕ ਰੈਸਟੋਰੈਂਟ ਤੇ ਹੋਟਲ ਦਾ ਰੂਪ ਦਿੰਦੇ ਜਾ ਰਹੇ ਹਾਂ ਤੇ ਗੁਰਦੁਆਰਾ ਸਾਹਿਬਾਨ ਨੂੰ ਅਸੀਂ ਇੱਕ ਮੀਟਿੰਗ ਪੁਆਇੰਟ ਬਣਾ ਲਿਆ ਵੀ ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੈ, ਕਿਸੇ ਨੂੰ ਮਿਲਣਾ ਹੈ, ਕੋਈ ਹੋਰ ਥਾਂ ਨਹੀਂ ਜਾਂ ਕਿਸੇ ਜਗ੍ਹਾ ਦੇ ਉੱਪਰ ਜਾ ਕੇ ਜੇ ਅਸੀਂ ਬਹਿੰਦੇ ਹਾਂ
ਤੇ ਉਸ ਜਗ੍ਹਾ ਦਾ ਇਹ ਅਸੂਲ ਹੁੰਦਾ ਵੀ ਭਾਈ ਕਿਸੇ ਕੌਫੀ ਚ ਬੈਠੇ ਹੋ, ਕਿਸੇ ਹੋਟਲ ਚ ਬੈਠੇ ਹੋ ਤੇ ਉੱਥੇ ਤੁਹਾਨੂੰ ਕੁਛ ਨਾ ਕੁਛ ਆਰਡਰ ਕਰਨਾ ਪੈਣਾ, ਮੰਗਾਉਣਾ ਪੈਣਾ, ਫਿਰ ਤੁਸੀਂ ਉਸ ਆਰਡਰ ਦੀ ਆੜ ਦੇ ਵਿੱਚ ਬਹਿ ਕੇ ਆਪਣੀ ਗੱਲਬਾਤ ਕਰ ਸਕਦੇ ਹੋ ਤਾਂ ਜੋ ਉਹਨਾਂ ਨੂੰ ਲੱਗਦਾ ਵੀ ਭਾਈ ਇੱਥੇ ਕੁਝ ਖਾਣ ਪੀਣ ਆਏ ਆ ਤੇ ਨਾਲ ਆਪਣੀ ਵਿਚਾਰ ਕਰ ਰਹੇ ਆ। ਸੋ ਉਸ ਜਗ੍ਹਾ ਦੇ ਉੱਪਰ ਜਾ ਕੇ ਸਾਨੂੰ ਕੁਛ ਨਾ ਕੁਛ ਮਾਇਆ ਖਰਚ ਕਰਨੀ ਪੈਂਦੀ ਹੈ ਤੇ ਗੁਰਦੁਆਰਾ ਸਾਹਿਬ ਸਾਡੇ ਵਾਸਤੇ ਇੱਕ ਫ੍ਰੀ ਦਾ ਅਦਾਰਾ ਜਿੱਥੇ ਸਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤੇ ਅਸੀਂ ਆਪਣਾ ਮੀਟਿੰਗ ਪੁਆਇੰਟ ਬਣਾ ਲਿਆ ਤੇ ਮੈਨੂੰ ਖਿਮਾ ਕਰਿਓ ਨੌਜਵਾਨ ਲੜਕੇ ਲੜਕੀਆਂ ਖੁੱਲ੍ਹੇਆਮ ਬਾਹਰ ਕਿਸੇ ਨੂੰ ਮਿਲਦੇ ਆ ਤੇ ਉਹਨਾਂ ਤੇ ਸਵਾਲ ਕੀਤੇ ਜਾਂਦੇ ਆ, ਘਰ ਪਰਿਵਾਰ ਵਾਲੇ ਵੀ ਇਤਰਾਜ਼ ਕਰਦੇ ਭਾਈ ਤੂੰ ਮੁੰਡੇ ਦੇ ਨਾਲ ਕਿਉਂ ਮਿਲੀ ਆ ਜਾਂ ਮੁੰਡਾ ਕਿਸੇ ਗੈਰ ਕੁੜੀ ਨੂੰ ਕਿਉਂ ਮਿਲ ਰਿਹਾ, ਤੇ ਇਸ ਕਰਕੇ ਗੁਰਦੁਆਰੇ ਦੇ ਅਦਾਰੇ ਨੂੰ ਅਸੀਂ ਇਸ ਕੰਮ ਵਾਸਤੇ ਵੀ ਵਰਤਣਾ ਸ਼ੁਰੂ ਕਰ ਦਿੱਤਾ ਵੀ ਮੱਥਾ ਟੇਕਣ ਦੇ ਬਹਾਨੇ ਚਲੇ ਜਾਈਏ ਤੇ ਉੱਥੇ ਬਹਿ ਕੇ ਅਸੀਂ ਆਪਣੀਆਂ ਗੱਲਾਂ ਕਰ ਲਾਂਗੇ। ਇੰਨਾ ਹੀ ਨਹੀਂ, ਬਾਹਰ ਕਿਸੇ ਦੁਕਾਨ ਤੇ ਬਹਿ ਕੇ ਕੋਈ ਸਬਜ਼ੀ ਭਾਜੀ ਦੇ ਨਾਲ ਕੋਈ ਪ੍ਰਸ਼ਾਦਾ ਛਕਦੇ ਹੋ, ਕੁਛ ਪੀਣ ਵਾਸਤੇ ਲੈਂਦੇ ਹੋ ਤੇ ਕੋਈ $5-7 ਕੋਈ £5-7 ਤੁਹਾਡੇ ਖਰਚ ਹੋਣਗੇ ਤੇ ਫਿਰ ਇੱਕ ਬੰਦਾ ਜਿਹੜਾ ਆਪਣੇ ਖਾਣ ਵਾਸਤੇ ਕੁਝ ਲੈ ਸਕਦਾ। ਤੇ ਗੁਰਦੁਆਰੇ ਦਾ ਅਦਾਰਾ ਸਾਡੇ ਵਾਸਤੇ ਬਹੁਤ ਸੌਖਾ ਜਿਹਾ ਤਰੀਕਾ ਵੀ ਜਿੱਥੇ ਜੇ ਭਾਵੇਂ ਗੱਲੇ ਦੇ ਵਿੱਚ ਕੁਝ ਨਾ ਵੀ ਪਾਈਏ ਤੇ ਫਿਰ ਵੀ ਸਾਨੂੰ ਭੋਜਨ ਪ੍ਰਸ਼ਾਦਾ ਮਿਲ ਜਾਂਦਾ, ਬਹਿਣ ਨੂੰ ਜਗ੍ਹਾ ਮਿਲ ਜਾਂਦੀ, ਗੱਲਾਂ ਕਰਨ ਲਈ ਸਥਾਨ ਮਿਲ ਜਾਂਦਾ। ਤੇ ਜੇ ਬਹੁਤੀ ਕਿਤੇ ਹਿੰਮਤ ਕਰ ਲਈਏ ਤੇ ਜੇਬ ਦੇ ਵਿੱਚ ਸਭ ਤੋਂ ਛੋਟੀ ਚੇਂਜ, ਸਭ ਤੋਂ ਛੋਟਾ ਕਹਿ ਲਓ ਵੀ ਮਾਇਆ ਦਾ ਜਿਹੜਾ ਸਾਡੇ ਕੋਲ ਪ੍ਰਬੰਧ ਹੁੰਦਾ ਵੀ ਥੋੜੇ ਤੋਂ ਥੋੜਾ ਕੋਈ 10 ਪੈਨੀਆਂ ਕੋਈ 10 ਸੈਂਟ ਰੱਖ ਕੇ ਗੱਲੇ ਦੇ ਵਿੱਚ ਪਾ ਦਿੱਤੇ ਜਾਣ ਤੇ ਉਹਦੇ ਇਵਜ ਦੇ ਵਿੱਚ ਜਿੰਨਾ ਮਰਜ਼ੀ ਛਕ ਲਈਏ। ਇੱਕ ਬੇਨਤੀ ਹੋਰ ਕਰਦੇ ਹਾਂ, ਬਹੁਤ ਸਾਰੇ ਅਸਥਾਨ ਬਣੇ ਹੋਏ ਆ ਜਿਨ੍ਹਾਂ ਅਸਥਾਨਾਂ ਦੇ ਉੱਪਰ ਮਹਾਰਾਜ ਦੇ ਪ੍ਰਕਾਸ਼ ਜਿਹੜਾ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਤੇ ਲੰਗਰ ਹਾਲ ਭਾਈ ਪਹਿਲੀ ਮੰਜ਼ਿਲ ਤੇ ਹੇਠਾਂ ਬਣੇ ਹੋਏ ਤੇ ਸਾਡੇ ਵੀਰ ਸਾਡੀਆਂ ਭੈਣਾਂ ਖਾਸ ਕਰਕੇ ਜਿਹੜੇ ਬੜੇ ਸੂਟਡ ਬੂਟਡ ਹੁੰਦੇ ਆ, ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ, ਪੜ੍ਹੇ ਲਿਖੇ ਆ, ਜੇਬ ਦੇ ਉੱਪਰ 2-2 ਪੈਨ ਲੱਗੇ ਹੁੰਦੇ ਆ ਤੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਪੌੜੀਆਂ ਚੜ੍ਹ ਕੇ ਗੁਰੂ ਨੂੰ ਮੱਥਾ ਟੇਕ ਆਈਏ, ਹੇਠਾਂ ਲੰਗਰ ਵਿੱਚ ਬਹਿ ਕੇ ਲੰਗਰ ਛਕ ਕੇ ਤੇ ਢਿੱਡ ਤੇ ਹੱਥ ਫੇਰ ਕੇ ਘਰ ਨੂੰ ਚਲੇ ਆਉਂਦੇ ਆ। ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਭਾਈ ਫਿਰ ਇਹਨਾਂ ਦੇ ਵਿੱਚ ਹੁਣ ਕਸੂਰਵਾਰ ਕੌਣ ਹੈ? ਕਸੂਰਵਾਰ ਗੁਰਦੁਆਰੇ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਚੁੰਨੀਆਂ ਤੇ ਰੁਮਾਲ ਨਹੀਂ ਰੱਖੇ ਜਦੋਂ ਅਸੀਂ ਜਾਣਾ ਵੀ ਅਸੀਂ ਸਿਰ ਢੱਕ ਸਕੀਏ, ਜਾਂ ਮੈਂ ਜਦੋਂ ਗਿਆ ਤੇ ਦਾਲ ਠੰਡੀ ਸੀ, ਪ੍ਰਸ਼ਾਦੇ ਸਵੇਰ ਦੇ ਬਣੇ ਸੀ, ਮੈਂ ਦੁਪਹਿਰੇ ਗਿਆ ਤੇ ਮੈਨੂੰ ਬਹੀਆਂ ਰੋਟੀਆਂ ਬਹੇ ਪ੍ਰਸ਼ਾਦੇ ਮਿਲੇ ਆ, ਤੇ ਜਿੱਥੇ ਅਸੀਂ ਬਹਿਣਾ ਸੀ ਉੱਥੇ ਸਫਾਈ ਨਹੀਂ ਕੀਤੀ, ਕਿਸੇ ਨੇ ਪੋਚਾ ਨਹੀਂ ਸੀ ਲਾਇਆ, ਉੱਥੇ ਦਾਲ ਖਿਲਰੀ ਹੋਈ ਸੀ ਤੇ ਮੇਰੇ ਬਹਿਣ ਵਾਸਤੇ ਜਗ੍ਹਾ ਚੰਗੀ ਨਹੀਂ ਸੀ, ਤੇ ਜਦੋਂ ਮੈਂ ਪ੍ਰਸ਼ਾਦਾ ਛਕ ਕੇ ਤੇ ਆਪਦੇ ਜੂਠੇ ਭਾਂਡੇ ਰੱਖ ਕੇ ਆਇਆ ਤੇ ਉੱਥੇ ਭਾਂਡਿਆਂ ਦਾ ਢੇਰ ਲੱਗਾ ਸੀ, ਗੁਰਦੁਆਰੇ ਵਾਲਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਵੀ ਉਹ ਥਾਲੀਆਂ ਧੋ ਦਿੰਦੇ, ਮੈਨੂੰ ਤੇ ਥਾਲ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲੀ। ਤੇ ਜਦੋਂ ਇਸ ਸਾਰੇ ਵਰਤਾਰੇ ਨੂੰ ਦੇਖਦੇ ਹਾਂ ਤੇ ਫਿਰ ਗੁਰੂ ਕੇ ਪਿਆਰਿਓ ਮੇਰੇ ਮਨ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ 10ਵੇਂ ਪਾਤਸ਼ਾਹ ਜੀ ਤੱਕ ਕਦੋਂ ਸਾਨੂੰ ਇਹ ਕਿਹਾ ਸੀ ਵੀ ਭਾਈ ਮੈਂ ਤੁਹਾਡੇ ਵਾਸਤੇ ਹੋਟਲ ਤੇ ਰੈਸਟੋਰੈਂਟ ਖੋਲ੍ਹ ਰਿਹਾ, ਤੁਸੀਂ ਆਇਓ ਆਪਣੀ ਮਨਮਰਜ਼ੀ ਦੀ ਦਾਲ ਸਬਜ਼ੀ ਦਾ ਸਾਨੂੰ ਆਰਡਰ ਦੇ ਜਿਓ, ਅਸੀਂ ਤੁਹਾਡੇ ਲਈ ਬਣਾ ਦਿਆਂਗੇ, ਗਰਮਾ ਗਰਮ ਪ੍ਰਸ਼ਾਦੇ, ਤਾਜ਼ੀ ਚਾਹ ਜਿਹੜੀ ਸਵੇਰ ਦੀ ਬਣੀ ਦੁਪਹਿਰ ਤੱਕ ਨਾ ਚੱਲੇ, ਜਦੋਂ ਤੁਸੀਂ ਆਓ ਤੁਹਾਨੂੰ ਫਰੈਸ਼ ਚਾਹ ਬਣਾ ਕੇ ਦਿੱਤੀ ਜਾਵੇ,
ਤੁਹਾਡੇ ਬਹਿਣ ਵਾਸਤੇ ਪ੍ਰਬੰਧ ਵਧੀਆ ਕੀਤਾ ਜਾਵੇ, ਕੁਰਸੀਆਂ ਮੇਜ਼ ਲਾਏ ਜਾਣ, ਥੱਲੇ ਚੌਂਕੜਾ ਮਾਰ ਕੇ ਬਹਿ ਕੇ ਪ੍ਰਸ਼ਾਦਾ ਛਕਣਾ ਬੜਾ ਔਖਾ ਹੋ ਜਾਂਦਾ, ਤੇ ਇਹ ਸਾਰੀਆਂ ਚੀਜ਼ਾਂ ਗੁਰਦੁਆਰਾ ਸਾਹਿਬ ਤੁਹਾਨੂੰ ਪ੍ਰੋਵਾਈਡ ਕਰੇਗਾ ਤੇ ਉਹਦੇ ਬਦਲੇ ਦੇ ਵਿੱਚ ਤੁਸੀਂ ਕੋਈ ਪੈਸਾ ਵੀ ਨਹੀਂ ਦੇਣਾ। ਜੇ ਤੁਹਾਡੀ ਮਰਜ਼ੀ ਹੋਵੇ ਤੇ ਕੋਈ 10 ਪੈਣੀਆਂ 10 ਸੈਂਟ ਗੁਰਦੁਆਰੇ ਦੇ ਗੱਲੇ ਚ ਪਾ ਜਾਇਓ। ਇਹ ਕਿਸ ਨੇ ਭਾਈ ਤੁਹਾਨੂੰ ਕਿਹਾ ਜਾਂ ਕਿਸ ਨੇ ਤੁਹਾਨੂੰ ਇਹ ਗਿਆਨ ਬਖਸ਼ਿਸ਼ ਕੀਤਾ ਸੀ, ਇਹਦੇ ਬਾਰੇ ਜ਼ਰੂਰ ਵਿਚਾਰ ਕਰੋ। ਗੁਰਦੁਆਰਾ ਸਾਹਿਬ ਦਾ ਪ੍ਰਸ਼ਾਦਾ ਸੀ ਲੋੜਵੰਦ ਵਾਸਤੇ, ਜਦੋਂ ਅੰਨ ਦੀ ਕਦਰ ਸੀ, ਮਨੁੱਖ ਦੇ ਕੋਲ ਇੰਨਾ ਧਨ ਨਹੀਂ ਸੀ, ਇੰਨਾ ਅੰਨ ਨਹੀਂ ਸੀ ਕਿ ਪੇਟ ਭਰ ਸਕਦਾ, ਤੇ ਉਸ ਵਕਤ ਗੁਰੂ ਸੱਚੇ ਪਾਤਸ਼ਾਹ ਨੇ ਮਰਿਆਦਾ ਚਾਲੂ ਕਰ ਦਿੱਤੀ, ਕੋਈ ਭੁੱਖਾ ਨਹੀਂ ਸੌਵੇਗਾ, ਇੱਥੇ ਤੈਨੂੰ ਪੇਟ ਭਰਨ ਵਾਸਤੇ ਭੋਜਨ ਮਿਲ ਜਾਏਗਾ। ਕੋਈ ਰਾਹਗੀਰ ਲੰਬਾ ਪੈਂਡਾ ਚੱਲਦਾ ਕਿਸੇ ਜਗ੍ਹਾ ਤੇ ਜਾ ਰਿਹਾ, ਕਿਸੇ ਬੇਗਾਨੇ ਨੂੰ ਕੋਈ ਆਪਣੇ ਘਰ ਦੇ ਵਿੱਚ ਭਾਈ ਨਾ ਤੇ ਰੋਟੀ ਖਵਾਉਂਦਾ ਤੇ ਨਾ ਕੋਈ ਰਾਤ ਨੂੰ ਰਹਿਣ ਲਈ ਜਗ੍ਹਾ ਦਿੰਦਾ, ਧਰਮਸ਼ਾਲਾ ਦੇ ਰੂਪ ਦੇ ਵਿੱਚ ਗੁਰਦੁਆਰੇ ਬਣੇ ਸੀ ਵੀ ਹਰ ਰਾਹਗੀਰ ਦੇ ਆਰਾਮ ਕਰਨ ਵਾਸਤੇ ਇੱਥੇ ਤੈਨੂੰ ਅਸਥਾਨ ਮਿਲ ਜਾਏਗਾ, ਛਕਣ ਵਾਸਤੇ ਭੋਜਨ ਮਿਲ ਜਾਏਗਾ, ਤੇ ਜੇਕਰ ਤੈਨੂੰ ਕੋਈ ਸਰੀਰਕ ਤੰਗੀ ਹੈ ਤੇ ਉਹਦੇ ਵਾਸਤੇ ਦਵਾਈ ਬੂਟੀ ਦਾ ਵੀ ਪ੍ਰਬੰਧ ਕਈਆਂ ਸਥਾਨਾਂ ਉੱਪਰ ਕੀਤਾ ਗਿਆ। ਉਹ ਤੇ ਸੀ ਲੋੜ ਅਤੇ ਸੇਵਾ। ਤੇ ਅੱਜ ਗੁਰੂ ਕੇ ਸਿੱਖ ਜਿਹੜੇ ਮਰਸੇਡੀ BMW ਗੱਡੀ ਚ ਆਉਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੱਡੀ ਖੜੀ ਕਰਕੇ ਕੇਵਲ ਗੁਰਦੁਆਰਾ ਸਾਹਿਬ ਵਿੱਚ ਇਸ ਕਰਕੇ ਆਉਂਦੇ ਆ ਵੀ ਅੱਜ ਮੇਰੀ ਕੋਈ ਮੀਟਿੰਗ ਹੈ, ਕਿਸੇ ਨੂੰ ਮਿਲਣਾ, ਤੇ ਮੈਂ ਕਿਹਾ ਗੁਰਦੁਆਰਾ ਸਾਹਿਬ ਆ ਜਾਈ, ਨਾਲੇ ਤੇ ਪ੍ਰਸ਼ਾਦਾ ਛਕ ਲਾਂਗੇ ਤੇ ਨਾਲੇ ਉੱਥੇ ਗੱਲ ਕਰ ਲਾਂਗੇ। ਮੁੰਡੇ ਤੇ ਕੁੜੀ ਦੇ ਵਿਆਹ ਵਾਸਤੇ ਗੁਰਦੁਆਰਾ ਸਾਹਿਬ ਇੱਕ ਜ਼ਰੂਰੀ ਕੰਮ ਹੈ ਵੀ ਲਾਵਾਂ ਗੁਰਦੁਆਰਾ ਸਾਹਿਬ ਹੋਣੀਆਂ, ਇਸੇ ਕਰਕੇ ਸਾਨੂੰ ਗੁਰਦੁਆਰੇ ਦੀ ਜ਼ਰੂਰਤ ਹੈ। ਅੰਤਮ ਅਰਦਾਸ ਵਾਸਤੇ, ਭੋਗ ਪਾਉਣ ਵਾਸਤੇ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਪਰਿਵਾਰ ਚੋਂ ਚਲਾ ਗਿਆ ਉਹਦੇ ਵਾਸਤੇ ਸਾਡੇ ਕੋਲ ਘਰ ਦੇ ਵਿੱਚ ਜਗ੍ਹਾ ਵੀ ਹੈ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਜਾ ਕੇ ਆਪਣੇ ਘਰ ਦੇ ਵਿੱਚ ਉਹਦੇ ਵਾਸਤੇ ਆਤਮਾ ਦੀ ਸ਼ਾਂਤੀ ਦਾ ਪਾਠ ਕਰਾ ਦਈਏ। ਅਸੀਂ ਨਹੀਂ ਚਾਹੁੰਦੇ ਮੇਰੇ ਘਰ ਖਲਾਰਾ ਪਵੇ, ਮੇਰੇ ਘਰ ਦੇ ਵਿੱਚ ਰਸ਼ ਪਵੇ ਜਾਂ ਮੈਨੂੰ ਭਾਂਡੇ ਮਾਂਜਣੇ ਪੈਣ, ਗੁਰਦੁਆਰਾ ਸਾਹਿਬ ਵਾਲੇ ਆਪੇ ਕਰਕੇ ਦੇਣ। ਤੇ ਜਿਹਨੂੰ ਭਾਈ ਜਿੱਥੇ ਕਿਤੇ ਕੋਈ ਨਹੀਂ ਮਿਲਦਾ ਤੇ ਉਹ ਗੁਰਦੁਆਰਾ ਸਾਹਿਬ ਜਾ ਕਰਕੇ ਤੇ ਉੱਥੇ ਇਹ ਦੱਸਦਾ ਵੀ ਤੁਹਾਨੂੰ ਬਹਿਣ ਦੇ ਵਾਸਤੇ ਕੀ ਕਰਨਾ ਚਾਹੀਦਾ, ਤੁਹਾਨੂੰ ਖਾਣਾ ਕਿਹੜਾ ਬਣਾਉਣਾ ਚਾਹੀਦਾ, ਸਾਡੇ ਲਈ ਆਹ ਪ੍ਰਬੰਧ ਹੈ ਨਹੀਂ, ਸਾਡੇ ਲਈ ਆਹ ਪ੍ਰਬੰਧ ਹੈ ਨਹੀਂ। ਤੇ ਇਹ ਗੱਲਾਂ ਗੁਰੂ ਕੇ ਪਿਆਰਿਓ ਕੋਈ ਗੈਰ ਧਰਮੀ ਲੋਕ ਨਹੀਂ ਕਰ ਰਹੇ, ਕੋਈ ਦੂਜੇ ਮਤਾਂ ਦੇ ਲੋਕ ਆਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਕਰ ਰਹੇ, ਇਹ ਸਾਡੇ ਪੰਜਾਬੀਆਂ ਦੇ, ਸਾਡੇ ਸਿੱਖਾਂ ਦੇ ਘਰ ਪੈਦਾ ਹੋਈਆਂ ਸਾਡੀਆਂ ਹੀ ਔਲਾਦਾਂ ਹਨ ਜਿਹੜੀਆਂ ਇਹ ਗੱਲਾਂ ਸੰਸਾਰ ਵਿੱਚ ਪ੍ਰਚਾਰ ਰਹੀਆਂ। ਤੇ ਉੱਥੇ ਉਲਾਂਭਾ ਦਿੱਤਾ ਜਾਂਦਾ ਵੀ ਸਾਡਾ ਹੁਣ ਮਨ ਨਹੀਂ ਕਰਦਾ ਗੁਰਦੁਆਰਾ ਸਾਹਿਬ ਜਾਣ ਨੂੰ, ਕਿਉਂਕਿ ਸਾਨੂੰ ਚਾਹ ਠੰਡੀ ਮਿਲੀ, ਸਾਨੂੰ ਖਾਣ ਨੂੰ ਪਰੌਂਠੀ ਨਹੀਂ ਮਿਲੀ, ਗੁਰਦੁਆਰੇ ਦੇ ਪ੍ਰਧਾਨ ਨੇ ਮੈਨੂੰ ਝਿੜਕ ਦਿੱਤਾ। ਭਾਈ ਜੇਕਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ, ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਜਾਂ ਪ੍ਰਧਾਨ ਸਾਹਿਬ ਨੇ ਕਹਿ ਦਿੱਤਾ ਵੀ ਧੀਏ ਜੇ ਗੁਰਦੁਆਰਾ ਸਾਹਿਬ ਆਉਂਦੇ ਆ ਤੇ ਕੱਪੜੇ ਪੂਰੇ ਪਾ ਕੇ ਆਇਆ ਕਰੋ ਤਾਂ ਜੋ ਤੁਹਾਡਾ ਸਰੀਰ ਢਕਿਆ ਰਵੇ, ਨਹੀਂ ਤੇ ਮੱਥਾ ਟੇਕਣ ਲੱਗਿਆਂ ਪਿੱਛੋਂ ਵੀ ਨੰਗੇ ਤੇ ਅੱਗੋਂ ਵੀ ਨੰਗੇ ਲੋਕ ਤੁਹਾਡਾ ਸਰੀਰ ਦੇਖਦੇ ਆ, ਇਹਦੇ ਵਿੱਚ ਤੁਹਾਡੀ ਬਦਨਾਮੀ ਹੁੰਦੀ ਹੈ ਤੇ ਅਸੀਂ ਕਹਿੰਦੇ ਹਾਂ ਜੀ ਇਹ ਮੇਰੀ ਲਾਈਫ ਹੈ, ਤੂੰ ਕੌਣ ਹੁੰਦਾ ਮੈਨੂੰ ਦੱਸਣ ਵਾਲਾ ਵੀ ਮੈਂ ਕਿਹੋ ਜਿਹੇ ਕੱਪੜੇ ਪਾਵਾਂ। ਸਿੱਖਾਂ ਦੇ ਘਰ ਜਨਮੇ ਹੋਈਏ, ਨਾਂ ਦੇ ਪਿੱਛੇ ਸਿੰਘ ਤੇ ਕੌਰ ਲੱਗਾ ਹੋਵੇ ਤੇ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਮੱਥਾ ਟੇਕਣ ਦੀ ਜਾਚ ਨਾ ਹੋਵੇ, ਗੁਰੂ ਦੀ ਹਜ਼ੂਰੀ ਦੇ ਵਿੱਚ ਚੁੱਪ ਕਰਕੇ ਬਹਿਣ ਵਾਸਤੇ ਸਾਨੂੰ ਕਹਿਣਾ ਪਵੇ,
ਤੇ ਬਾਰ ਬਾਰ ਗੁਰੂ ਕੀ ਹਜ਼ੂਰੀ ਵਿੱਚ ਬਹਿੰਦਿਆਂ ਮੋਬਾਈਲ ਫੋਨ ਤੇ ਵਟਸਐਪ ਤੇ ਮੈਸੇਜ ਚੈੱਕ ਕਰਦੇ ਰਹੀਏ ਤੇ ਫਿਰ ਭਾਈ ਉਹਦੇ ਤੇ ਟੋਕ ਟਕਾਈ ਵੀ ਨਾ ਹੋਵੇ ਤੇ ਫਿਰ ਇਹ ਪ੍ਰਬੰਧ ਕਿਵੇਂ ਚੱਲਣਗੇ? ਆਪਣੇ ਆਪ ਨੂੰ ਟਟੋਲੋ ਤੇ ਪਰਚਾਲੋ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਕਿਸ ਵਾਸਤੇ ਜਾ ਰਹੇ ਹਾਂ? ਗੁਰੂ ਦਾ ਗਿਆਨ ਲੈਣ ਵਾਸਤੇ, ਗੁਰੂ ਦੀ ਮੱਤ ਲੈਣ ਵਾਸਤੇ, ਜਾਂ ਗੁਰੂ ਨੂੰ ਆਪਣਾ ਗਿਆਨ ਦੇਣ ਵਾਸਤੇ, ਜਾਂ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਕਮੇਟੀ ਨੂੰ ਆਰਡਰ ਦੇਣ ਵਾਸਤੇ ਵੀ ਭਾਈ ਆਹ ਕਰੋ ਤੇ ਆਹ ਨਾ ਕਰੋ ਤਾਂ ਜੋ ਮੈਨੂੰ ਬਹੁਤ ਵਧੀਆ ਪ੍ਰਬੰਧ ਚਾਹੀਦੇ ਹੈ? ਜੇ ਤੁਹਾਡੇ ਕੋਲ ਇੰਨੀ ਮਾਇਆ ਹੈ, ਤੁਹਾਡੇ ਕੋਲ ਇੰਨਾ ਗਿਆਨ ਹੈ ਤੇ ਫਿਰ ਭਾਈ ਸੰਸਾਰ ਤੇ ਬਹੁਤ ਐਸੇ ਅਦਾਰੇ ਆ ਜਿੱਥੇ ਹੋਟਲ ਰੈਸਟੋਰੈਂਟ ਬਣੇ ਆ, ਮਨ ਮਰਜ਼ੀ ਦਾ ਖਾਓ, ਵਧੀਆ ਪਲੇਟਾਂ ਦੇ ਵਿੱਚ ਤੁਹਾਨੂੰ ਪਰੋਸ ਕੇ ਦੇਣਗੇ ਤੇ ਫਿਰ ਉਹਨਾਂ ਨੂੰ ਉਹਨਾਂ ਦੀ ਸਰਵਿਸ ਦੇ ਸਟਾਰ ਵੀ ਦਿਓ ਤੇ ਨਾਲੇ ਪੈਸੇ ਵੀ ਦਿਓ। ਕੋਈ ਜ਼ਬਰਦਸਤੀ ਦਾ ਸੌਦਾ ਤੇ ਹੈ ਨਹੀਂ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪ੍ਰਧਾਨ ਸਾਹਿਬ ਤੁਹਾਨੂੰ ਜ਼ਬਰਦਸਤੀ ਸੱਦ ਕੇ ਲਿਆਉਂਦੇ ਆ। ਕਿਉਂ ਸਾਡੇ ਮਨ ਏਡੇ ਕਠੋਰ ਹੋ ਗਏ ਹੈ, ਕਿਉਂ ਸਾਡੇ ਮਨ ਦੇ ਉੱਪਰ ਏਡੀ ਕਲਯੁੱਗ ਦੇ ਪਹਿਰੇ ਦੀ ਕਾਲਖ ਚੜ੍ਹ ਗਈ ਹੈ ਵੀ ਸਾਨੂੰ ਸਾਡੇ ਹੀ ਗੁਰੂ ਦੇ ਵਿੱਚ ਕਮੀਆਂ ਨਜ਼ਰ ਆਉਣ ਲੱਗ ਪਈਆਂ, ਸਾਨੂੰ ਸਾਡੇ ਹੀ ਅਦਾਰਿਆਂ ਦੇ ਵਿੱਚ ਕਮੀਆਂ ਨਜ਼ਰ ਆਉਣ ਲੱਗ ਪਈਆਂ? ਜਿਹੜੀਆਂ ਮਾਈਆਂ ਬੀਬੀਆਂ ਸਿਆਣੀਆਂ ਬਜ਼ੁਰਗ 4 ਵਜੇ ਉੱਠ ਕੇ ਆਣ ਕੇ ਘਰਾਂ ਤੋਂ ਬਗੈਰ ਕਿਸੇ ਤਨਖਾਹ ਦੇ ਆਟੇ ਗੁੰਨ ਕੇ ਪਰੌਂਠੇ ਤਿਆਰ ਕਰਦੀਆਂ ਨੇ, ਤੁਹਾਡੇ ਵਾਸਤੇ ਪਰੌਂਠੀਆਂ ਬਣਾਉਂਦੀਆਂ ਨੇ, ਦਾਲਾਂ ਬਣਾਉਂਦੀਆਂ ਨੇ, ਜਿਹੜੇ ਸੇਵਾਦਾਰ 4 ਵਜੇ ਉੱਠ ਕੇ ਆ ਕੇ ਮਹਾਰਾਜ ਦੇ ਪ੍ਰਕਾਸ਼ ਕਰਨ ਤੋਂ ਬਾਅਦ ਹੂਬਰ ਲਾਉਂਦੇ ਨੇ, ਲੰਗਰਾਂ ਦੇ ਭਾਂਡੇ ਮਾਂਜਦੇ ਨੇ, ਉਹ ਕੋਈ ਤੁਹਾਡੇ ਨੌਕਰ ਤੇ ਹੈ ਨੇ? ਤੁਹਾਡੇ ਤੇ ਮੇਰੇ ਵਿੱਚੋਂ ਗੁਰੂ ਕੇ ਪਿਆਰੇ ਉਹ ਕਿੰਨੇ ਐਸੇ ਸਿੱਖ ਨੇ ਜਿਹੜੇ ਪ੍ਰਸ਼ਾਦਾ ਛੱਕ ਕੇ ਘੱਟ ਤੋਂ ਘੱਟ ਆਪਣਾ ਹੀ ਥਾਲ ਧੋ ਦੇਣ? ਅਸੀਂ ਤੇ ਏਡੀ ਵੀ ਹਿੰਮਤ ਨਹੀਂ ਕਰਦੇ ਵੀ ਜਿਹੜੇ ਭਾਂਡਿਆਂ ਦੇ ਵਿੱਚ ਮੈਂ ਪ੍ਰਸ਼ਾਦਾ ਛਕਿਆ ਮੈਂ ਘੱਟ ਤੋਂ ਘੱਟ ਆਪਣਾ ਥਾਲ ਤੇ ਧੋ ਕੇ ਰੱਖ ਦਿਆਂ। ਹੁਣ ਮੈਂ ਚਾਹੁੰਦਾ ਨਹੀਂ ਸੀ ਕਿ ਵੀਡੀਓ ਬਣਾ ਕੇ ਸੰਗਤਾਂ ਦੇ ਚਰਨਾਂ 'ਚ ਪੇਸ਼ ਕਰਾਂ, ਭਾਈ ਗੁਰਦੁਆਰਾ ਸਾਹਿਬ 'ਚ ਦਾਸ ਵੀ ਸੇਵਾ ਕਰਦਾ, 10 ਮਿੰਟ ਖਲੋ ਕੇ ਮੈਂ ਤੁਹਾਨੂੰ ਵਿਖਾ ਦਿਆਂ ਵੀ ਥਾਲਾਂ ਦੇ ਵਿੱਚ ਸਬਜ਼ੀ ਦੀਆਂ ਭਰੀਆਂ ਹੋਈਆਂ ਕੌਲੀਆਂ, ਦਹੀਂ ਦੀਆਂ ਭਰੀਆਂ ਹੋਈਆਂ ਕੌਲੀਆਂ, 1-1, 2-2 ਪ੍ਰਸ਼ਾਦੇ ਪਹਿਲਾਂ ਥਾਲਾਂ ਦੇ ਵਿੱਚ ਅਸੀਂ ਭਾਈ ਲੋੜ ਤੋਂ ਵੱਧ ਪਵਾ ਲੈਂਦੇ ਹਾਂ ਅਤੇ ਮੁੜ ਕੇ ਉਸੇ ਤਰ੍ਹਾਂ ਉਹ ਸਾਰੇ ਦਾ ਸਾਰਾ ਫੂਡ ਅਸੀਂ ਜਾ ਕੇ ਉੱਥੇ ਰੱਖ ਆਉਂਦੇ ਹਾਂ ਵੀ ਮੈਨੂੰ ਲੂਣ ਘੱਟ ਲੱਗਾ, ਮੈਨੂੰ ਮਿਰਚ ਜ਼ਿਆਦਾ ਲੱਗੀ, ਇਹ ਦਾਲ ਇਹ ਸਬਜ਼ੀ ਮੈਨੂੰ ਸਵਾਦ ਨਹੀਂ ਲੱਗੀ। ਪਰ ਕਦੇ ਵਿਚਾਰ ਕੀਤੀ ਹੈ ਵੀ ਭਾਈ ਇਹ ਆ ਕਿੱਥੋਂ ਰਹੇ ਨੇ ਪਦਾਰਥ, ਇਹਨਾਂ ਨੂੰ ਬਣਾ ਕੌਣ ਰਿਹਾ ਤੇ ਤੁਹਾਡੇ ਜੂਠੇ ਭਾਂਡੇ ਮਾਂਜ ਕੌਣ ਰਿਹਾ ਤੇ ਉਹਦੇ ਬਦਲੇ ਦੇ ਵਿੱਚ 10 ਪੈਨੀਆਂ 10 ਸੈਂਟ ਤੁਸੀਂ ਗੁਰੂ ਦੇ ਗੱਲੇ 'ਚ ਪਾਏ ਹੈ ਤੇ ਕਈ ਵਾਰੀ ਉਹ ਵੀ ਨਹੀਂ ਪਾਏ, ਸੁੱਕੇ ਮੱਥਾ ਟੇਕ ਦਿੱਤਾ ਤੇ ਫਿਰ ਵੀ ਅਸੀਂ ਉਲਾਂਭਾ ਦੇ ਰਹੇ ਹਾਂ? ਗੁਰੂ ਤੁਹਾਡੀ ਮਾਇਆ ਦਾ ਮੁਹਤਾਜ ਨਹੀਂ, ਗੁਰੂ ਕੇ ਲੰਗਰ ਤੁਹਾਡੀ ਮਾਇਆ ਦੇ ਮੁਹਤਾਜ ਨਹੀਂ ਪਿਆਰਿਓ। ਜੇ ਪਰਖਣਾ ਚਾਹੁੰਦੇ ਹੋ ਤੇ ਆਪ ਜੀ ਕਿਰਪਾ ਕਰਕੇ ਕੋਈ 1.25 ਮਹੀਨਾ ਲਗਾਤਾਰ ਬਗੈਰ ਗੋਲਕ ਦੇ ਵਿੱਚ ਕੋਈ ਪੈਸਾ ਪਾਇਆ, ਮੱਥਾ ਟੇਕੋ, ਭੋਜਨ ਪ੍ਰਸ਼ਾਦਾ ਛਕੋ ਤੇ ਫਿਰ ਨੋਟ ਕਰਿਓ ਵੀ ਕੀ ਮੇਰੇ ਕੋਈ ਮਾਇਆ ਨਾ ਪਾਉਣ ਦੇ ਨਾਲ ਗੁਰੂ ਕੇ ਲੰਗਰ ਘਟ ਜਾਂਦੇ ਆ। ਤੇ ਜੇ ਗੁਰੂ ਨੇ ਤੁਹਾਨੂੰ ਮਾਇਆ ਬਹੁਤੀ ਦਿੱਤੀ ਹੈ ਤੇ ਆਪਣੀ ਲੋੜ ਤੋਂ ਵੱਧ ਭਾਵੇਂ 100-100 ਪਾਉਂਡ 100-100 ਡਾਲਰ ਰੋਜ਼ ਗੁਰੂ ਕੇ ਗੱਲੇ 'ਚ ਪਾ ਦਿਓ ਤੇ ਫਿਰ ਵੇਖ ਲਿਓ ਵੀ ਕੀ ਗੁਰੂ ਕੇ ਲੰਗਰ ਲੋੜ ਤੋਂ ਵੱਧ ਜਾਂਦੇ ਆ। ਭਾਈ ਗੁਰੂ ਕੇ ਲੰਗਰ ਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਵੀ ਚੱਲਦੇ ਸੀ, ਅੱਜ ਵੀ ਚੱਲਦੇ ਆ ਤੇ ਅੱਗੇ ਵੀ ਚੱਲਦੇ ਰਹਿਣੇ ਨੇ। ਇਹ ਤੇਰਾ ਭੁਲੇਖਾ ਹੋ ਸਕਦਾ ਵੀ ਸ਼ਾਇਦ ਮੈਂ ਗੱਲੇ ਦੇ ਵਿੱਚ ਕੁਝ ਪਾਉਣਾ ਤਾਂ ਲੰਗਰ ਚੱਲ ਰਿਹਾ, ਜੇ ਮੈਂ ਨਾ ਮਾਇਆ ਪਾਈ ਤੇ ਲੰਗਰ ਖਤਮ ਹੋ ਜਾਣਗੇ। ਤੂੰ ਆਪਣੀ ਲੋੜ ਵਾਸਤੇ ਗੁਰੂ ਦੇ ਦਰ ਤੇ ਜਾ ਰਿਹਾ
ਤੇ ਗੁਰੂ ਤੈਨੂੰ ਬਗੈਰ ਕਿਸੇ ਲਾਲਚ ਤੋਂ ਬਗੈਰ ਕਿਸੇ ਲੋਭ ਤੋਂ ਤੈਨੂੰ ਸਿੱਖਿਆ ਵੀ ਦੇ ਰਿਹਾ, ਤੇਰੇ ਜੀਵਨ ਦਾ ਮਾਰਗ ਦਰਸ਼ਨ ਵੀ ਕਰ ਰਿਹਾ, ਤੇਰੇ ਪੇਟ ਦੀ ਪੂਰਤੀ ਵੀ ਕਰ ਰਿਹਾ, ਤੇ ਤੂੰ ਗੁਰੂ ਦੇ ਨਾਲ ਫਿਰ ਵੀ ਖੁਸ਼ ਨਹੀਂ। ਤੇ ਬੜੀ ਮੈਨੂੰ ਹੈਰਾਨੀ ਆਉਂਦੀ ਹੈ ਵੀ ਜਦੋਂ ਸੋਸ਼ਲ ਮੀਡੀਆ ਤੇ ਬਹਿ ਕੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਨੂੰ, ਗੁਰੂ ਕੇ ਸਿਧਾਂਤ ਨੂੰ, ਗੁਰੂ ਕੇ ਲੰਗਰਾਂ ਨੂੰ ਅਸੀਂ ਭੰਡਦੇ ਹਾਂ, ਕਦੇ ਵਿਚਾਰ ਕਰਿਆ ਕਰੀਏ ਵੀ ਜਿਹੜੇ $400-500, $400-500 ਦੇ ਫੋਨ ਤੇ, ਮਹਿੰਗੇ ਫੋਨ ਦੇ ਉੱਪਰ ਅਸੀਂ ਬਹਿ ਕੇ ਵੀਡੀਓ ਬਣਾ ਕੇ ਪਾ ਰਹੇ ਹਾਂ ਤੇ ਜਿਹਦੀ ਅਸੀਂ ਬਦਨਾਮੀ ਕਰ ਰਹੇ ਹਾਂ, ਉੱਥੇ ਤੇ ਅਸੀਂ ਰੁਪਈਆ ਵੀ ਨਹੀਂ ਦਿੱਤਾ। ਤੇ ਜੇਕਰ ਅਸੀਂ ਐਡੇ ਸਟੈਂਡਰਡ ਵਾਲੇ ਹਾਂ ਭਾਈ, ਤੇ ਫਿਰ ਅਸੀਂ ਆਪਦੀ ਕਮਾਈ ਕਰਕੇ ਪੈਸੇ ਤੇ ਭੇਜ ਰਹੇ ਹਾਂ ਪਿੱਛੇ, ਕੋਠੀ ਤੇ ਟਰੈਕਟਰ ਖੜਾ ਕਰ ਰਹੇ ਹਾਂ, ਕੋਠੀ ਤੇ ਇੰਗਲੈਂਡ ਅਮਰੀਕਾ ਦਾ ਝੰਡਾ ਲਾ ਰਹੇ ਹਾਂ, ਲੰਡੀਆਂ ਜੀਪਾਂ ਲੈ ਕੇ ਦੇ ਰਹੇ ਹਾਂ ਤੇ ਐਨਫੀਲਡ ਲੈ ਕੇ ਭਰਾ ਨੂੰ ਦੇ ਰਹੇ ਹਾਂ ਵੀ ਪਤਾ ਲੱਗੇ ਵੀ ਮੁੰਡੇ ਦਾ ਭਰਾ ਬਾਹਰ ਗਿਆ ਹੋਇਆ, ਤੇ ਭੋਜਨ ਪ੍ਰਸ਼ਾਦਾ ਅਸੀਂ ਫ੍ਰੀ ਦੇ ਵਿੱਚ ਭਾਲ ਰਹੇ ਹਾਂ। ਕੀ ਸਾਡੇ ਗੁਰੂ ਨੇ ਇਹ ਸਾਨੂੰ ਸਿੱਖਿਆ ਦਿੱਤੀ ਸੀ? ਕੀ ਸਾਡੇ ਗੁਰੂ ਨੇ ਇਹ ਸਿਧਾਂਤ ਸਾਨੂੰ ਦਿੱਤਾ ਸੀ? ਫਰੀਡਮ ਆਫ ਸਪੀਚ ਤੁਹਾਡੀ ਹੋ ਸਕਦੀ ਹੈ, ਪਰ ਫਰੀਡਮ ਆਫ ਸਪੀਚ ਦਾ ਮਤਲਬ ਇਹ ਨਹੀਂ ਕਿ ਦੁਨੀਆਂ ਤੇ ਚਿੱਕੜ ਸੁੱਟਿਆ ਜਾਵੇ, ਦੁਨੀਆਂ ਨੂੰ ਬਕਵਾਸ ਬੋਲਿਆ ਜਾਵੇ, ਉਹ ਫਰੀਡਮ ਆਫ ਸਪੀਚ ਨਹੀਂ ਹੁੰਦੀ। ਮੇਰੀ ਲਾਈਫ ਹੈ, ਮੈਂ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਜੀਣਾ, ਭਾਈ ਉਹ ਤੂੰ ਕਹਿ ਸਕਦਾ ਜੇਕਰ ਤੂੰ ਸੰਸਾਰ ਤੋਂ ਵੱਖਰਾ ਹੋਵੇਂ, ਜੇ ਤੂੰ ਇਸ ਸੰਸਾਰ ਦੇ ਵਿੱਚ ਰਹਿ ਰਿਹਾ, ਇਸ ਸੰਸਾਰ ਦੇ ਕਾਇਦੇ ਕਾਨੂੰਨ ਤੈਨੂੰ ਮੰਨਣੇ ਪੈਣਗੇ, ਜਿਹੜੇ ਮੁਲਕ ਦੇ ਵਿੱਚ ਰਹਿ ਰਿਹਾ ਉਸ ਮੁਲਕ ਦੇ ਕਾਇਦੇ ਕਾਨੂੰਨ ਤੈਨੂੰ ਮੰਨਣੇ ਪੈਣਗੇ, ਜਿਹੜੇ ਸਮਾਜ ਦੇ ਵਿੱਚ ਤੂੰ ਰਹਿ ਰਿਹਾ ਉਸ ਸਮਾਜ ਦੀਆਂ ਰੀਤਾਂ ਨੂੰ ਤੈਨੂੰ ਮੰਨਣਾ ਪਵੇਗਾ। ਜੇਕਰ ਤੂੰ ਇਸ ਸਮਾਜ ਨੂੰ, ਇਸ ਦੇਸ਼ ਨੂੰ ਜਾਂ ਇਸ ਸੰਸਾਰ ਨੂੰ ਚੰਗਾ ਨਹੀਂ ਸਮਝਦਾ, ਫਿਰ ਇਹ ਧਰਤੀ ਨੂੰ ਛੱਡ ਕੇ ਕਿਤੇ ਹੋਰ ਚਲਾ ਜਾ ਜਿੱਥੇ ਇਹ ਲੋਕ ਨਾ ਹੋਣ, ਜਿੱਥੇ ਤੇਰੀ ਮਰਜ਼ੀ ਚੱਲਦੀ ਹੋਵੇ। ਸਾਰਾ ਸੰਸਾਰ ਸਰੀਰ ਨੂੰ ਢੱਕਣ ਦੇ ਹੱਕ ਦੇ ਵਿੱਚ ਹੈ ਕਿ ਭਾਈ ਕੱਪੜਾ ਲੱਤਾ ਪਾ ਕੇ ਬਾਹਰ ਨਿਕਲਿਆ ਜਾਵੇ, ਤੇ ਆਪਣੇ ਘਰ ਦੇ ਬਾਥਰੂਮ ਦੇ ਵਿੱਚ ਭਾਵੇਂ ਤੁਸੀਂ ਨੰਗੇ ਹੋ ਕੇ ਨਹਾ ਰਹੇ ਹੋ, ਤੇ ਕੱਲ ਨੂੰ ਜੇਕਰ ਕੋਈ ਐਸਾ ਸਿਆਣਾ ਇਹ ਗੱਲ ਕਹਿੰਦਾ ਜੀ ਮੈਂ ਵਿੱਚ ਸਟਰੀਟ ਦੇ ਖੜੇ ਹੋ ਕੇ ਨੰਗੇ ਹੋ ਕੇ ਨਹਾਉਣਾ, ਇਹ ਮੇਰੀ ਲਾਈਫ ਹੈ, ਉਹ ਤੇਰੀ ਲਾਈਫ ਨਹੀਂ, ਉਹ ਤੇਰੀ ਬੇਵਕੂਫੀ ਹੈ। ਤੇਰੀ ਲਾਈਫ ਤੇਰੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਹੈ, ਆਪਦੇ ਘਰ ਦੇ ਅੰਦਰ ਭਾਈ ਤੂੰ ਕੱਪੜੇ ਪਾ ਕੇ ਬਹਿ, ਤੂੰ ਕੱਪੜੇ ਲਾਹ ਕੇ ਨੰਗਾ ਹੋ ਕੇ ਬਹਿ, ਭਾਵੇਂ ਬਾਥਰੂਮ ਦੇ ਵਿੱਚ ਜਾ ਕੇ ਤੂੰ ਸੌਂ ਜਾ ਤੇ ਰਸੋਈ ਦੇ ਵਿੱਚ ਜਾ ਕੇ ਨਹਾ ਲਾ, ਤੈਨੂੰ ਕੋਈ ਨਹੀਂ ਰੋਕਦਾ, ਕਿਉਂਕਿ ਉਹ ਤੇਰਾ ਘਰ ਹੈ ਤੇ ਤੇਰੀ ਲਾਈਫ ਤੇਰੇ ਘਰ ਦੀ ਚਾਰ ਦੀਵਾਰੀ 'ਚ ਹੈ। ਪਰ ਜਦੋਂ ਤੂੰ ਘਰ ਦੀਆਂ ਦਹਿਲੀਜ਼ਾਂ ਤੋਂ ਨਿਕਲ ਕੇ ਬਾਹਰ ਸਮਾਜ ਵਿੱਚ ਆਉਣਾ, ਸੰਸਾਰ ਵਿੱਚ ਆਉਣਾ, ਤੇ ਸੰਸਾਰ ਦੇ ਲੋਕਾਂ ਨੇ ਮਨੁੱਖਤਾ ਦੀ ਭਲਾਈ ਵਾਸਤੇ, ਲੋਕਾਂ ਦੇ ਭਲੇ ਵਾਸਤੇ, ਇਸ ਸੰਸਾਰ ਤੇ ਸਮਾਜ ਨੂੰ ਚਲਾਉਣ ਵਾਸਤੇ ਸਰਬਸੰਮਤੀ ਨਾਲ ਕੁਝ ਇੱਕ ਕਾਨੂੰਨ ਬਣਾਏ ਹੋਏ ਹੈ ਜਿਨ੍ਹਾਂ ਦਾ ਪਾਲਣ ਸਭ ਨੂੰ ਕਰਨਾ ਪੈਂਦਾ, ਤੇ ਉਹ ਤੈਨੂੰ ਵੀ ਕਰਨਾ ਪੈਂਦਾ। ਪਰ ਅੱਜ ਅਸੀਂ ਆਪਣੀ ਬੇਹੂਦਗੀ ਨੂੰ, ਆਪਣੀ ਬੇਸ਼ਰਮੀ ਨੂੰ, ਆਪਣੀ ਨੰਗੇਜ ਨੂੰ ਆਪਣੀ ਫਰੀਡਮ ਮੰਨ ਰਹੇ ਹਾਂ, ਤੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਹਾਂ ਜੀ ਤੁਸੀਂ ਮੇਰੇ ਵੱਲ ਨਾ ਵੇਖੋ, ਜਾਂ ਤੁਸੀਂ ਮੈਨੂੰ ਇਹ ਗੱਲ ਕਹਿ ਨਹੀਂ ਸਕਦੇ। ਭਾਈ ਜਦੋਂ ਤੂੰ ਸੰਸਾਰ ਵਿੱਚ ਰਹਿ ਕੇ ਸਾਰਾ ਕੁਝ ਕਰ ਰਿਹਾ ਤੇ ਸੰਸਾਰ ਵੀ ਤੇ ਤੇਰੇ ਨਾਲ ਹੀ ਆ, ਫਿਰ ਸੰਸਾਰ ਤੇ ਤੇਰੇ ਤੋਂ ਵੱਖ ਨਹੀਂ। ਸੋ ਦੁਨੀਆਂ ਦੀ ਵਿਦਿਆ ਨੇ ਇੰਨੇ ਕੁ ਦਿਮਾਗ ਸਾਡੇ ਕਮਜ਼ੋਰ ਕਰ ਦਿੱਤੇ ਹੈ
ਕਿ ਅਸੀਂ ਧਾਰਮਿਕ ਅਦਾਰਿਆਂ ਨੂੰ ਵੀ ਬਖਸ਼ ਨਹੀਂ ਰਹੇ। ਸੋ ਮੇਰੀ ਬੇਨਤੀ ਹੈ ਗੁਰੂ ਕੇ ਪਿਆਰਿਓ, ਗੁਰਦੁਆਰਾ ਸਾਹਿਬਾਨ ਸਾਡੇ ਵਾਸਤੇ ਰੂਹਾਨੀਅਤ ਦੇ ਕੇਂਦਰ ਨੇ, ਗੁਰੂ ਦੇ ਦੁਆਰੇ ਨੇ, ਹੋਟਲ ਤੇ ਰੈਸਟੋਰੈਂਟ ਨਹੀਂ ਨੇ। ਤੁਹਾਨੂੰ ਕੋਈ ਨਹੀਂ ਰੋਕਦਾ ਜਿੱਥੇ ਤੁਹਾਡਾ ਮਨ ਕਰਦਾ, ਜੋ ਮਰਜ਼ੀ ਖਾਓ, ਜੋ ਮਰਜ਼ੀ ਪਾਓ, ਪਰ ਉਹ ਤੁਹਾਡੀ ਆਪਣੀ ਲਾਈਫ ਤੁਹਾਡੇ ਘਰ ਦੇ ਅੰਦਰ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਗੁਰਦੁਆਰਾ ਸਾਹਿਬ 'ਚ ਆ ਰਹੇ ਹੋ ਤੇ ਗੁਰਦੁਆਰਾ ਸਾਹਿਬ ਦੇ ਕੁਝ ਕਾਨੂੰਨ ਨੇ, ਕੁਝ ਕਾਇਦੇ ਨੇ, ਤੁਹਾਨੂੰ ਮੰਨਣੇ ਪੈਣਗੇ। ਜੇ ਤੁਹਾਨੂੰ ਚੰਗੇ ਨਹੀਂ ਲੱਗਦੇ ਤੇ ਕੋਈ ਲੋੜ ਨਹੀਂ ਜਾਣ ਦੀ, ਕੋਈ ਜ਼ਬਰਦਸਤੀ ਤੇ ਤੁਹਾਨੂੰ ਧਰਮੀ ਬਣਾਉਂਦਾ ਨਹੀਂ। ਗੁਰੂ ਕੀ ਗੁਰਬਾਣੀ ਪੜ੍ਹਨੀ ਚਾਹੁੰਦੇ ਹੋ ਤੇ ਜੋ ਗੁਰੂ ਨੇ ਉਪਦੇਸ਼ ਕੀਤਾ ਉਸੇ ਢੰਗ ਨਾਲ ਪੜ੍ਹਨੀ ਪਵੇਗੀ, ਨਹੀਂ ਤੇ ਨਾ ਪੜ੍ਹੋ ਭਾਈ, ਕੁਝ ਹੋਰ ਪੜ੍ਹ ਲਓ। ਧਾਰਮਿਕ ਪਹਿਰਾਵਾ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਭਾਵੇਂ ਨੰਗੇ ਹੋ ਕੇ ਤੁਰੇ ਫਿਰੋ ਆਪਣੇ ਘਰ ਦੇ ਅੰਦਰ, ਪਰ ਗੁਰਦੁਆਰਾ ਸਾਹਿਬ ਦੇ ਵਿੱਚ ਨੰਗੇਜ ਨਹੀਂ ਚੱਲਣਾ। ਪਰ ਸਾਡੇ ਅੱਜ ਦੇ ਸਮਾਜ ਦੀ ਤਸਵੀਰ ਇਹ ਬਣ ਗਈ ਹੈ ਵੀ ਅਸੀਂ ਕਰਨੀ ਆਪਣੀ ਮਰਜ਼ੀ ਹੈ ਤੇ ਪਰ ਕਰਨੀ ਆਣ ਕੇ ਗੁਰਦੁਆਰਾ ਸਾਹਿਬ ਹੈ, ਤੇ ਫਿਰ ਉਲਾਂਭਾ ਦੇਣਾ ਜੀ ਮੇਰੇ ਨਾਲ ਇਹ ਹੋ ਗਿਆ, ਮੇਰੇ ਨਾਲ ਇਹ ਹੋ ਗਿਆ। ਸਤਿਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ਣ, ਧਾਰਮਿਕ ਅਦਾਰਿਆਂ ਦੀ ਮਰਿਆਦਾ ਤੇ ਉਹਨਾਂ ਦਾ ਸਤਿਕਾਰ ਕਰਨਾ ਸਿੱਖ ਲਈਏ, ਤੇ ਜੇਕਰ ਆਪਣੇ ਆਪ ਨੂੰ ਪੜ੍ਹੇ ਲਿਖੇ 21ਵੀਂ ਸਦੀ ਦੇ ਸਿਆਣੇ ਮਨੁੱਖ ਮੰਨਦੇ ਹਾਂ ਤੇ ਘੱਟ ਤੋਂ ਘੱਟ ਇਸ ਗੱਲ ਦਾ ਅੰਤਰ ਕਰਨਾ ਸਿੱਖ ਲਈਏ ਵੀ ਧਾਰਮਿਕ ਅਸਥਾਨਾਂ ਦੇ ਉੱਪਰ ਉੱਠਣਾ, ਬਹਿਣਾ, ਖਾਣਾ, ਪੀਣਾ, ਬੋਲਣ ਚੱਲਣ ਦੀ ਮਰਿਆਦਾ ਇੱਕ ਵੱਖਰੀ ਹੁੰਦੀ ਹੈ, ਤੇ ਕਿਸੇ ਸਮੁੰਦਰ ਦੇ ਕੰਢੇ ਜਾ ਕੇ ਬੀਚ ਤੇ ਨੰਗਿਆਂ ਨੌੜੇ ਫਿਰਨਾ, ਉਹਦੀ ਮਰਿਆਦਾ ਇੱਕ ਵੱਖਰੀ ਹੁੰਦੀ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਰਲਾ ਨਹੀਂ ਸਕਦੇ ਕਿ ਭਾਈ ਅਸੀਂ ਜੋ ਕੁਝ ਉੱਥੇ ਕਰਦੇ ਹਾਂ ਉਹ ਆਣ ਕੇ ਗੁਰਦੁਆਰਾ ਸਾਹਿਬ ਕਰੀਏ, ਤੇ ਜੋ ਕੁਝ ਗੁਰਦੁਆਰਾ ਸਾਹਿਬ ਦੀ ਮਰਿਆਦਾ ਆ ਉਹ ਜਾ ਕੇ ਅਸੀਂ ਕਿਸੇ ਪੱਬ ਤੇ ਕਲੱਬ ਦੇ ਵਿੱਚ ਲਾਗੂ ਕਰੀਏ, ਇੱਦਾਂ ਨਹੀਂ ਹੁੰਦਾ। ਸਿਆਣੇ ਮਨੁੱਖ ਦੀ ਨਿਸ਼ਾਨੀ ਇਹੀ ਹੈ ਕਿ ਉਹ ਭਾਈ ਜਿਸ ਸਥਾਨ ਦੇ ਉੱਪਰ ਹੈ, ਜਿਸ ਜਗ੍ਹਾ ਦੇ ਉੱਪਰ ਹੈ, ਜਿਹੜੇ ਮੁਲਕ ਦੇ ਵਿੱਚ ਰਹਿ ਰਿਹਾ ਤੇ ਉੱਥੋਂ ਦੇ ਹਿਸਾਬ ਦੇ ਨਾਲ ਉੱਥੇ ਦਾ ਕਾਨੂੰਨ, ਉੱਥੇ ਦੀ ਮਰਿਆਦਾ ਕੀ ਕਹਿੰਦੀ ਹੈ ਉਹਦਾ ਪਾਲਣ ਕਰੇ, ਤੇ ਜੇਕਰ ਉਹਨੂੰ ਚੰਗੀ ਨਹੀਂ ਲੱਗਦੀ ਤੇ ਉਹ ਉਹਦੇ ਤੋਂ ਬਾਹਰ ਹੋ ਜਾਏ, ਜਿੱਥੇ ਉਹਨੂੰ ਚੰਗਾ ਲੱਗਦਾ, ਜਿਹੜੀ ਉਹਨੂੰ ਚੰਗੀ ਲੱਗਦੀ ਉੱਥੇ ਚਲਾ ਜਾਏ। ਹੱਥ ਦੇ ਵਿੱਚ ਫੋਨ ਫੜ ਕੇ ਗੁਰਦੁਆਰਾ ਸਾਹਿਬ ਜਾ ਕੇ ਟਿਕਟੌਕ ਬਣਾਉਣੀਆਂ, ਪੰਜਾਬੀ ਗਾਣਿਆਂ ਦੇ ਉੱਪਰ ਅੱਧ ਨੰਗੇ ਸਰੀਰ ਵਿਖਾ ਕੇ ਤੇ ਗੁਰਦੁਆਰਿਆਂ ਦੀਆਂ ਕਾਰ ਪਾਰਕਾਂ ਦੇ ਵਿੱਚ ਵੀਡੀਓ ਬਣਾਉਣੀਆਂ, ਇਹ ਗੁਰੂ ਕੇ ਸਿੱਖਾਂ ਦਾ, ਗੁਰੂ ਨੂੰ ਪਿਆਰ ਕਰਨ ਵਾਲਿਆਂ ਦਾ ਫਰਜ਼ ਨਹੀਂ ਬਣਦਾ। ਸਿਰਾਂ ਤੇ ਕੇਸ ਦਾੜੀਆਂ ਰੱਖ ਕੇ ਘਰ ਵਾਲਿਆਂ ਨੂੰ ਨਚਾ ਕੇ ਉਹਨਾਂ ਦੀਆਂ ਫੋਟੋਆਂ, ਉਹਨਾਂ ਦੀਆਂ ਵੀਡੀਓ ਪਾ ਦਈਏ, ਇਹ ਗੁਰੂ ਕੇ ਸਿੱਖਾਂ ਦੀ ਪਹਿਚਾਣ ਨਹੀਂ ਪਾਈ। ਸਤਿਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ਿਸ਼ ਕਰਨ, ਹਰ ਇੱਕ ਗੱਲ ਨੂੰ ਧਰਮ ਦਾ ਇਸ਼ੂ ਬਣਾ ਕੇ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਇਹ ਹੋਇਆ, ਭਾਈ ਪਹਿਲਾਂ ਗੱਲ ਕਰਨ ਤੋਂ ਵਿਚਾਰ ਕਰ ਲਿਆ ਕਰੀਏ ਵੀ ਮੇਰੀ ਇਸ ਗੱਲ ਦਾ ਅਸਰ ਕੀ ਪੈਣਾ, ਤੇ ਜੋ ਮੈਂ ਬੋਲ ਰਿਹਾ ਕੱਲ੍ਹ ਨੂੰ ਮੈਨੂੰ ਕਿਤੇ ਆਪਣੀ ਗੱਲ 'ਤੇ ਸ਼ਰਮਿੰਦਾ ਹੋ ਕੇ ਮਾਫ਼ੀ ਨਾ ਮੰਗਣੀ ਪਵੇ ਵੀ ਮੈਂ ਭਾਈ ਫੋਨ ਮੇਰੇ ਹੱਥ ਦੇ ਵਿੱਚ ਸੀ ਅਤੇ ਮੈਂ ਮੂੰਹ ਚੱਕ ਕੇ ਜੋ ਮਰਜ਼ੀ ਬੋਲ ਦਿੱਤਾ ਅਤੇ ਅੱਜ ਮੈਨੂੰ ਸ਼ਰਮਿੰਦਗੀ ਹੋ ਰਹੀ ਆ। ਕਦੇ ਜਾ ਕੇ ਗੁਰਦੁਆਰਾ ਸਾਹਿਬ ਝਾੜੂ ਲਾ ਕੇ ਦੇਖਿਓ, 4 ਵਜੇ ਜਾ ਕੇ ਪ੍ਰਸ਼ਾਦੇ ਪਕਾ ਕੇ ਵੇਖਿਓ, ਤੇ ਜਿਹੜੀਆਂ ਤਪੜੀਆਂ ਤੇ ਦਾਲਾਂ ਡੁੱਲੀਆਂ ਨੇ ਉਹਨਾਂ ਤਪੜੀਆਂ ਨੂੰ ਸਾਫ਼ ਕਰਨ ਦੀ, ਧੋਣ ਦੀ ਸੇਵਾ ਕਰਕੇ ਦੇਖਿਓ, ਤੇ ਫਿਰ ਪਤਾ ਲੱਗੇਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਦਰ ਦੇ ਉੱਤੋਂ ਆਣ ਕੇ ਮਨ ਨੀਵਾਂ ਤੇ ਮੱਤ ਉੱਚੀ ਕਰਨੀ ਸੀ, ਪਰ ਮੈਂ ਤੇ ਮੱਤ ਉੱਚੀ ਲੈ ਕੇ ਆਇਆ। ਹੋਣਾ ਤੇ ਇਹ ਚਾਹੀਦਾ ਸੀ
ਕਿ ਮੇਰਾ ਮਨ ਨੀਵਾਂ ਹੁੰਦਾ ਤੇ ਮੈਂ ਤੇਰੀ ਮੱਤ ਲੈ ਕੇ ਜਾਂਦਾ, ਪਰ ਮੈਂ ਆਪਣੀ ਮੱਤ ਲੈ ਕੇ ਤੇਰੇ ਦਰ ਤੇ ਆ ਰਿਹਾ ਤੇ ਤੈਨੂੰ ਗਲਤ ਠਹਿਰਾ ਰਿਹਾ। ਕੁਛ ਨਾ ਕੁਛ ਸੇਵਾਦਾਰ ਵੀ ਨੇ ਜਿਨ੍ਹਾਂ ਨੂੰ ਸੇਵਾ ਦਾ ਹੰਕਾਰ ਹੋ ਜਾਂਦਾ, ਉਹਨਾਂ ਨੂੰ ਵੀ ਇਹ ਗੱਲ ਵਿਚਾਰਨੀ ਪੈਣੀ ਹੈ ਕਿ ਭਾਈ ਗੱਲ ਪ੍ਰੇਮ ਤੇ ਪਿਆਰ ਨਾਲ ਸਮਝਾਓ, ਦੱਸਣਾ ਪਵੇਗਾ ਕਿ ਇਹ ਧਾਰਮਿਕ ਅਦਾਰਾ ਹੈ, ਇੱਥੇ ਦਾ ਕਾਨੂੰਨ, ਇੱਥੇ ਦੀ ਮਰਿਆਦਾ ਭਾਈ ਇਸ ਤਰੀਕੇ ਨਾਲ ਚੱਲਦੀ ਹੈ ਤੇ ਚੰਗਾ ਹੈ ਕਿ ਆਪ ਜੀ ਇਹਦਾ ਪਾਲਣ ਕਰੋ, ਨਾ ਕਿ ਕਿਸੇ ਨੂੰ ਬੋਲ ਕਬੋਲ ਬੋਲੀਏ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਾਫੀ ਦਿਨਾਂ ਤੋਂ ਬਹੁਤ ਸਾਰੀਆਂ ਗੱਲਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਲੰਗਰਾਂ ਦੀ ਸੇਵਾ ਵਾਸਤੇ ਬਹੁਤ ਕੁਝ ਬੋਲਿਆ ਜਾ ਰਿਹਾ। ਸੋ ਇਸੇ ਕਰਕੇ ਦਾਸ ਦੇ ਮਨ ਦੇ ਅੰਦਰ ਇਹ ਵਿਚਾਰ ਆਈ ਸੀ ਕਿ ਭਾਈ ਘੱਟ ਤੋਂ ਘੱਟ ਤੁਸੀਂ ਤੇ ਸਿਆਣੇ ਬਣੋ, ਬੇਵਜ੍ਹਾ ਦੇ ਨਾਲ ਕਿਸੇ ਦੀ ਭੰਡੀ ਕਰੀ ਜਾਣੀ, ਬੇਵਜ੍ਹਾ ਦੇ ਨਾਲ ਕਿਸੇ ਨੂੰ ਸਲਾਹੀ ਜਾਣਾ ਤੇ ਕਮੈਂਟੋ ਕਮੈਂਟੀ ਇਸ ਤਰ੍ਹਾਂ ਜਿਵੇਂ ਕੋਈ ਬੇਵਕੂਫ ਇੱਕ ਦੂਸਰੇ ਨਾਲ ਲੜਦੇ ਹੁੰਦੇ ਆ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਧਰਮ ਦੇ ਨਾਲ, ਉਹ ਬਹਿਸਾਂ ਕਰ ਰਹੇ ਆ, ਉਹ ਡਿਬੇਟਾਂ ਕਰ ਰਹੇ ਆ। ਜੇ ਤੇ ਧਰਮ ਦੇ ਰਾਹ ਤੇ ਚੱਲਣਾ ਹੈ ਤੇ ਧਰਮ ਦੀ ਮਰਿਆਦਾ ਦਾ ਪਾਲਣ ਕਰ ਲਓ, ਨਹੀਂ ਤੇ ਭਾਈ ਕੌਣ ਤੁਹਾਨੂੰ ਕਹਿੰਦਾ ਧਰਮੀ ਬਣਨ ਨੂੰ। ਜਿੱਥੇ ਜੀ ਕਰਦਾ ਜੋ ਖਾਣਾ ਪੀਣਾ ਖਾਓ ਪੀਓ, ਆਪਦੀ ਮੌਜ ਦੀ ਜ਼ਿੰਦਗੀ ਲਓ। ਅਸੀਂ ਕਰਨਾ ਵੀ ਲੱਚਰਪੁਣਾ ਚਾਹੁੰਦੇ ਹਾਂ ਤੇ ਕਰਨਾ ਵੀ ਗੁਰਦੁਆਰਾ ਸਾਹਿਬ ਆਣ ਕੇ ਚਾਹੁੰਦੇ ਹਾਂ, ਇਹ ਦੋ ਗੱਲਾਂ ਨਹੀਂ ਚੱਲ ਸਕਦੀਆਂ। ਸੋ ਰਹੋ ਵਿਚਾਰ, ਕਹਿਣ ਵਾਸਤੇ ਬਹੁਤ ਕੁਝ ਹੈ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਬਣਦੀਆਂ ਨੇ, ਪਰ ਸਤਿਗੁਰੂ ਮਹਾਰਾਜ ਸਮੱਤ ਬਖਸ਼ਣ, ਸੂਝਵਾਨ ਬਣੀਏ, ਸਿਆਣੇ ਬਣੀਏ, ਆਪਣਾ ਜਲੂਸ ਆਪ ਨਾ ਕਢਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।